आज जगह खाली है, जगह ना हुए फिर पीछे भेजा, सारे पिनों सीटा कवर करो। वाहिगुरु 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 वाहिगुरु। जरा वाहिगुरु जी का खालसा, गज बज के आखो वाहिगुरु जी का खालसा। जड़ा शब्द मैं बोल रहा वाहिगुरु, इन समझने की कोशिश करो भी बड़ा कीमती है। जदों बोलते हो ना, कोई भी करंसी हाथ च होवे तो उसकी पावर का पता होना चाहिए भी उस करंसी की पावर की है। नहीं पता लगा, जिहड़ी भी करंसी हाथ च होवे तो आपां नूं पता लगता भी यह सिक्का एक रुपये का है, ये सिक्का दो रुपये का है, ये डालर तीन रुपये का, पंज रुपये का, पता लग रहा जी सारे नूं? पता लग रहा भी इस डालर की कीमत जिहड़ी है पंज रुपये है, पंज है। बहुती नहीं, मैं कोल कर लूंगा। समझ लिया जी? तुम समझ लग गई? जिहड़ी भी तुहाडे हाथ च चीज आ उहदी पावर का पता होना चाहिए। इहदा वाहिगुरु शब्द है, इहदी कोई पावर नहीं, ये गिनती मिनती च नहीं, इहदी पावर इन्नी ज़्यादा है, इहदी पावर इन्नी ज़्यादा है, इन्नी ज़्यादा पावर आ। पर जदों असीं बोलदे हाँ बेध्याने हो के बोलते हैं, जिदन तुम ध्यान जोड़ के इनू बोलना शुरू कर दिता, तुम खुद न पता लगो कि ये बड़ी पावर से। तुम ध्यान दे के जो जपो, ध्यान दे के बोलो, जोड़ा शब्द मूँह चो बोलते हो ना ध्यान दो, इनू कन्ना नाल सुनो भी, फिर तुम नहीं छोगे इनू, उठद पीद सुनद जागद जपोगे, जो तुम पता लगा ये पावर बड़ी मिलती है। वाहिगुरू वाहिगुरु 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 वाहिगुरु
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ। ਸਤਿਗੁਰੂ ਗਰੀਬ ਨਿਵਾਜ ਦੀ ਦਇਆ ਨਾਲ ਗੁਰੂ ਪਿਆਰੇ ਖਾਲਸਾ ਜੀ ਤੁਹਾਡੇ ਸਾਹਮਣੇ ਦਾਸਰੇ ਨੂੰ ਪੀਰੀਅਡ ਕੀ ਹੈ ਮੇਰਾ ਸਮਾਂ ਕਿੰਨੇ ਕੁ ਚੱਲੇ ਇੱਕ ਘੰਟੇ ਲਈ ਡੇਢ ਵਜੇ ਤੋਂ ਲੈ ਕੇ ਢਾਈ ਵਜੇ ਤੱਕ ਜਿਹੜਾ ਮੈਟਰ ਦਿੱਤਾ ਗਿਆ ਉਹ ਹੈ ਅੰਮ੍ਰਿਤ ਵੇਲਾ। ਕੀ ਜੀ ਸਾਰੇ ਬੋਲੋ, ਇੱਕ ਵਾਰ ਭਰ ਕੇ ਬੋਲੋ, ਅੰਮ੍ਰਿਤ ਵੇਲਾ। ਐਡਾ ਵੱਖਰਾ ਕਰ ਦਈਏ ਅਤੇ ਸ਼ਬਦ ਬਣ ਜਾਂਦਾ ਮ੍ਰਿਤ। ਮ੍ਰਿਤ ਮ੍ਰਿਤ ਦਾ ਮਤਲਬ ਹੁੰਦਾ ਮੌਤ, ਮੌਤ। ਇੱਧਰ ਮੇਰੇ ਵੱਲ ਵੇਖੋ ਜੀ, ਤੁਸੀਂ ਚਸ਼ਮੇ ਵਾਲੇ ਵੀਰ ਜੀ, ਮ੍ਰਿਤ ਮਰਿਆ ਬੰਦਾ, ਮਰੇ ਨੂੰ ਐਡਾ ਅੱਗੇ ਲਾਤਾ ਤੇ ਹੋ ਗਿਆ ਅੰਮ੍ਰਿਤ ਵੇਲਾ। ਤੇਰੇ ਮਰੇ ਹੋਏ ਸਵਾਸਾਂ ਨੂੰ ਜਿਉਂਦਾ ਕਰਨ ਦਾ ਜਿਹੜਾ ਪੀਰੀਅਡ ਹੈ, ਮਰੇ ਹੋਏ ਸਵਾਸਾਂ ਨੂੰ ਜਿਉਂਦਿਆਂ ਕਰਨ ਦਾ ਜਿਹੜਾ ਪੀਰੀਅਡ ਹੈ ਉਹਦਾ ਨਾਮ ਹੈ ਅੰਮ੍ਰਿਤ ਵੇਲਾ। ਬਾਬਾ ਫਰੀਦ ਜੀ ਦਾ ਬਚਨ ਹੈ, ਆਖੋ ਵਾਹਿਗੁਰੂ। ਫਰੀਦਾ ਪਿੱਛਲ ਰਾਤ ਨਾ ਜਾਗਿਓ, ਪਿੱਛਲ ਜੇ ਬੋਰਡ 'ਤੇ ਆ ਜਾਂਦੀ ਹੈ ਨਾ ਤੁਕ 'ਤੇ, ਕਾਫ਼ੀ ਮਸਲਾ ਹੱਲ ਹੋ ਜਾਂਦਾ। ਆ ਗਈ ਹੈ, ਵੇਖੋ ਜਰਾ ਆਊਗੀ ਹੁਣੇ। ਆਖੋ ਵਾਹਿਗੁਰੂ। ਪਿੱਛਲ ਰਾਤ ਨਾ ਜਾਗਿਓ, ਇਹ ਜਿਹੜੇ ਅੱਜ ਦੇ ਵਿਦਵਾਨ ਆ ਇਹ ਪਿਛਲੀ ਰਾਤ ਦਾ ਸਮਾਂ ਕਰਦੇ ਆ, ਅਰਥ ਕਰਦੇ ਨੇ ਪਿਛਲੀ ਜ਼ਿੰਦਗੀ, ਵੀ ਜਵਾਨੀ ਤੋਂ ਬਾਅਦ ਜੇ ਤੂੰ ਨਹੀਂ ਜਾਗਿਆ। ਇਹ ਗਰੰਟੀ ਦਿੰਦੇ ਨੇ ਵੀ ਜਵਾਨੀ ਤੱਕ ਨਾਮ ਜਪਣ ਦੀ ਕੋਈ ਜ਼ਰੂਰਤ ਨਹੀਂ। ਇਹਦੇ ਅਰਥ ਇਹ ਕਰਦੇ ਆ, ਜਦੋਂ ਇਸ ਅਰਥ ਨੂੰ ਸਟੇਜ 'ਤੇ ਇਹ ਲੋਕ ਦੱਸਦੇ, ਸਮਝ ਰਹੇ ਹੋ, ਇਸ ਅਰਥ ਨੂੰ ਸਟੇਜ 'ਤੇ ਇਹ ਦੱਸਦੇ ਆ ਵੀ ਇਹਦਾ ਅਰਥ ਬਾਬਾ ਫਰੀਦ ਜੀ ਇਹ ਕਹਿੰਦੇ ਨੇ ਵੀ ਤੂੰ ਪਿਛਲੀ ਰਾਤ, ਪਿਛਲਾ ਸਮਾਂ ਜ਼ਿੰਦਗੀ ਦਾ ਜਦੋਂ 40-50 ਸਾਲਾਂ ਤੋਂ ਉੱਤੇ ਹੋ ਜਿੰਨਾ, ਉਦੋਂ ਨਹੀਂ ਤੂੰ ਨਾਮ ਜਪਿਆ ਅਤੇ ਤੂੰ ਜਿਉਂਦਾ ਮਰਿਆ। ਇਸ ਤਰ੍ਹਾਂ ਨਹੀਂ ਅਰਥੇ ਦਾ। ਪਿਛਲ ਰਾਤ ਦਾ ਸਮਾਂ ਹੈ 11:59 ਤੱਕ, ਤੁਸੀਂ ਘੜੀ ਨੂੰ ਵਾਚ ਕਰਿਓ, ਉੱਥੇ ਲਿਖਿਆ ਹੁੰਦਾ PM। ਹਾਜ਼ਰ ਜੇ ਸੁਣ ਰਹੇ ਹੋ, 11:59 ਤੱਕ ਘੜੀ 'ਤੇ ਕੀ ਸਹਿਣ ਆਉਂਦੇ ਨੇ? PM। ਜਦੋਂ 12 ਵੱਜ ਜਾਂਦੇ, ਇਸ਼ਾਰਾ ਕਰ ਦਿੱਤਾ ਕੁਦਰਤ ਨੇ, ਇਸ਼ਾਰਾ ਕਰ ਦਿੱਤਾ ਹੈ ਹੁਣ ਸਵੇਰ ਹੋ ਗਈ। ਕੀ ਹੋ ਗਈ? AM ਦਾ ਮਤਲਬ ਸਵੇਰ ਹੋ ਗਈ। ਤੁਸੀਂ ਕੁਦਰਤ ਤੋਂ ਬਹੁਤ ਦੂਰ ਹਾਂ, ਮੈਂ ਵੀ ਦੂਰ ਹਾਂ ਹੁਣ। ਆਖੋ ਵਾਹਿਗੁਰੂ। ਆਹ ਜਿਹੜੇ ਦਰਖਤ ਨੇ ਨਾ, ਪਲਾਂਟ ਆ ਜਿਹੜੇ, ਇਹਨਾਂ ਦੇ ਪੌਦੇ ਪੱਤੇ ਜਿਹੜੇ ਨੇ, ਇਹ 11:59 ਤੱਕ ਇਹਨਾਂ ਦੇ ਪੱਤੇ ਇਤਰਾ ਰਹਿੰਦੇ। ਜਦੋਂ 12 ਵੱਜਦੇ ਨੇ ਇਹਦੇ ਤੋਂ ਬਾਅਦ ਇਹ ਇਤਰਾਂ ਸਿੱਧੇ ਹੋਣੇ ਸ਼ੁਰੂ ਹੋ ਜਾਂਦੇ। ਇੱਕ ਜੜਿਆ ਦਰਖਤ ਜਿਹਨੂੰ ਆਪਾਂ ਜੜ ਕਹਿੰਦੇ ਵੀ ਮੂਰਖ, ਜਿਹਨੂੰ ਵਿਚਾਰੇ ਨੂੰ ਕੋਈ ਗਿਆਨ ਨਹੀਂ, ਕੋਈ ਬਾਣੀ ਨਹੀਂ ਆਉਂਦੀ, ਮਗਰ ਇਹਨੂੰ ਇੰਨਾ ਕੁਦਰਤ ਨੇ ਗਿਆਨ ਬਖਸ਼ਿਆ ਵੀ ਹੁਣ ਸਵੇਰ ਹੋ ਗਈ ਆ, ਇਹਦੇ ਪੱਤੇ ਸਿੱਧੇ ਹੋ ਗਏ। ਇਹਨੂੰ ਵੀ ਕਿਸੇ ਨੇ ਖਬਰ ਦੇ ਦਿੱਤੀ, ਇਹਨੂੰ ਵੀ ਕਿਸੇ ਨੇ ਨਿਊਜ਼ ਆਣ ਕੇ ਇਹਦੇ ਕੰਨਾਂ 'ਚ ਪਾ ਦਿੱਤੀ ਹੈ ਵੀ ਸਵੇਰ ਹੋ ਗਈ। ਪਸ਼ੂ ਜਿਹੜੇ ਪਸ਼ੂ ਹੁੰਦੇ, ਆਖੋ ਵਾਹਿਗੁਰੂ, ਇਹ ਰਾਤ ਨੂੰ ਸੌਂਦੇ। 12 ਤੱਕ ਇਹ ਐਂ ਸਿਰ ਸੁੱਟ ਕੇ ਸੌਂ ਜਾਂਦੇ। 12 ਤੋਂ ਬਾਅਦ ਕਿਸੇ ਵੇਲੇ ਵੀ 1:15, 2 ਤੱਕ ਇਹ ਇੱਕ ਵਾਰ ਆਪਣੇ ਕੰਨ ਇਤਰਾਂ ਹਿਲਾਉਂਦੇ, ਇਹਨਾਂ ਨੂੰ ਪਤਾ ਲੱਗ ਗਿਆ ਵੀ ਸਵੇਰ ਹੋ ਗਈ, ਉੱਠਣ ਦਾ ਟਾਈਮ ਹੋ ਗਿਆ। ਨਿੱਕੀ ਜੀ ਇੱਕ ਚਿੜੀ ਹੁੰਦੀ, ਜਿਹਨੂੰ ਚਿੜੀ ਦਾ ਸਮਝ ਲਓਗੇ ਉੱਥੇ ਲਿਖਦੇ ਹੁੰਦੇ ਨੇ ਬਰਡ, ਨਿੱਕੀ ਜੀ ਚਿੜੀ, ਉਹ ਨਿੱਕਾ ਜਿਹਾ ਇੱਕ ਪੰਛੀ ਆ, ਉਹ 1:45 ਉੱਠ ਕੇ ਇੱਕ ਵਾਰ ਆਪਣੇ ਖੰਭ ਝਾੜਦਾ, ਉਹਨੂੰ ਪਤਾ ਲੱਗ ਗਿਆ ਵੀ ਸਵੇਰ ਹੋ ਗਈ, ਅਤੇ 2 ਲਈ ਉਹ ਆਪਣੀ ਆਵਾਜ਼ ਵਿੱਚ ਵਾਹਿਗੁਰੂ ਨੂੰ ਯਾਦ ਕਰਦਾ। 2 ਮਿੰਟ ਲਈ ਉਸ 2 ਮਿੰਟ ਦੀ ਕਮਾਈ ਉਹ ਸਾਰੇ 24 ਖਾਂਦਾ,
ਸਾਰਾ ਸਾਰੇ 24 ਘੰਟੇ 'ਚ ਉਹ ਸਿਮਰਨ ਨਹੀਂ ਕਰ ਸਕਦਾ, ਕਿਉਂਕਿ ਵਿਚਾਰੇ ਨੇ ਦਾਣਾ ਚੁਗਣਾ। ਜਿਸ ਤਰ੍ਹਾਂ ਤੁਸੀਂ ਸਵੇਰੇ ਇੱਕ ਵਾਰ ਅੰਮ੍ਰਿਤ ਵੇਲਾ ਸੰਭਾਲ ਕੇ ਫਿਰ 22 ਘੰਟੇ ਕੰਮ 'ਤੇ ਚਲੇ ਜਾਂਦੇ ਹੋ, ਮਗਰ ਉਹ 2 ਘੰਟੇ ਦਾ ਅੰਮ੍ਰਿਤ ਵੇਲਾ ਤੁਹਾਨੂੰ ਲੱਤ ਨਹੀਂ ਲਾਉਣੀ। 2 ਘੰਟੇ ਦਾ ਅੰਮ੍ਰਿਤ ਵੇਲਾ ਤੁਹਾਨੂੰ ਸਾਰਾ ਦਿਨ ਜਿਉਂਦਿਆਂ ਰੱਖਦਾ ਹੈ। ਅੰਮ੍ਰਿਤ ਮ੍ਰਿਤ ਤੋਂ ਐੜਾ ਪਾਤਾ, ਮਰਨ ਨੂੰ ਜੀਵਨ ਵਿੱਚ ਬਦਲਣ ਵਾਲਾ ਵੇਲਾ। ਧਿਆਨ ਦਿਓ, ਮੌਤ ਨੂੰ ਜ਼ਿੰਦਗੀ 'ਚ ਬਦਲਣ ਵਾਲਾ ਵੇਲਾ। ਵੇਲਾ ਮੈਨੇ ਟਾਈਮ, ਜਿਹੜਾ ਟਾਈਮ ਤੂੰ ਸੰਭਾਲ ਲਵੇਂ ਤਾਂ ਤੇਰੀ ਮੌਤ ਜੀਵਨ ਬਣ ਸਕਦੀ। ਸਮਝਣ ਦੀ ਕੋਸ਼ਿਸ਼ ਕਰਿਓ ਸਾਰੇ ਹੀ। ਸਟੇਟ ਸਕੱਤਰ ਸਾਹਿਬ, ਮੌਤ ਨੂੰ ਜ਼ਿੰਦਗੀ 'ਚ ਬਦਲਣ ਵਾਲਾ ਵੇਲਾ, ਜੇ ਤੁਸੀਂ ਉਹ ਸੰਭਾਲ ਨਾ ਸੰਭਾਲਿਆ ਤਾਂ ਸਾਰਾ ਦਿਨ ਮਰਿਓ, ਫਿਰ ਤੁਸੀਂ ਜਿਉਂਦੇ ਨਹੀਂ। ਕੰਮ 'ਤੇ ਗਏ ਹੋ ਤਾਂ ਵੀ ਮਰਿਓ, ਰੋਟੀ ਖਾ ਰਹੇ ਹੋ ਤਾਂ ਵੀ ਮਰਿਓ, ਸਰੀਰ ਕਰਕੇ ਤੁਹਾਡੀ ਹਰਕਤ ਚੱਲ ਰਹੀ, ਸੁਰਤ ਕਰਕੇ ਤੁਸੀਂ ਮਰੇ ਹੋ। ਜੇ ਸੁਰਤ ਕਰਕੇ ਜੀਣਾ ਚਾਹੁੰਦੇ ਹੋ ਤਾਂ ਅੰਮ੍ਰਿਤ ਵੇਲੇ, ਧੰਨ ਗੁਰੂ ਨਾਨਕ ਸਾਹਿਬ ਨੂੰ ਭਾਈ ਲੈਣੇ ਨੇ ਪੁੱਛਿਆ ਸੀ, ਮਹਾਰਾਜ ਅੰਮ੍ਰਿਤ ਵੇਲਾ ਕਿੰਨੇ ਵਜੇ ਹੁੰਦਾ? ਆਖੋ ਵਾਹਿਗੁਰੂ। ਸਾਰੇ ਸਮਝ ਵੀ ਰਹੇ ਹੋ, ਸਮਝ ਲੱਗ ਰਹੀ, ਕੁਝ ਤੇ ਕਰੀ ਜਾਂਦਾ ਉਹਨਾਂ ਟ੍ਰਾਂਸਲੇਸ਼ਨ। ਆਖੋ ਵਾਹਿਗੁਰੂ। ਗੁਰੂ ਨਾਨਕ ਸਾਹਿਬ ਨੇ, ਬੈਠ ਜਾਓ ਜੀ ਤੁਸੀਂ ਵੀ, ਗੁਰੂ ਨਾਨਕ ਸਾਹਿਬ ਨੂੰ ਭਾਈ ਲਹਿਣੇ ਨੇ ਪੁੱਛਿਆ ਸੀ ਵੀ ਅੰਮ੍ਰਿਤ ਵੇਲਾ ਕਿੰਨੇ ਵਜੇ ਹੁੰਦਾ ਹੈ? ਅਤੇ ਧੰਨ ਗੁਰੂ ਨਾਨਕ ਸਾਹਿਬ ਦੀ ਆਪਣੀ ਰਸਨਾ ਬੋਲੀ ਸੀ, ਪਰਮਜੀਤ ਸਿੰਘ ਦੀ ਨਹੀਂ, ਅਰਸ਼ਵੀਰ ਸਿੰਘ ਦੀ ਨਹੀਂ, ਕਿਸੇ ਹੋਰ ਦੀ ਨਹੀਂ। ਧੰਨ ਗੁਰੂ ਨਾਨਕ ਸਾਹਿਬ ਦੀ ਰਸਨਾ ਬੋਲੀ ਸੀ 2:45 ਵਜੇ। ਕਿੰਨੇ ਜੀ? ਤੈਨੂੰ ਪਤਾ 2:45 ਦਾ? 1:45 ਤੇ ਸਿੱਖ ਨੂੰ ਅੰਮ੍ਰਿਤ ਵੇਲੇ ਉੱਠ ਖਲੋਣਾ ਚਾਹੀਦਾ। ਅਤੇ ਭਾਈ ਲਹਿਣੇ ਨੇ ਪੁੱਛਿਆ, ਗਰੀਬ ਨਿਵਾਜ, ਉੱਠ ਕੇ ਪਹਿਲੋਂ ਕੀ ਕਰਨਾ ਚਾਹੀਦਾ? ਕਰਿਓ ਨਾ ਕਰਿਓ, ਸਿੱਖ ਲਓ ਵੀ ਇਹ ਸਾਡਾ ਲਿਟਰੇਚਰ ਆ, ਇਹ ਸਾਡਾ ਇਤਿਹਾਸ ਆ। 2:45 ਵਜੇ ਉੱਠ ਕੇ ਗਰੀਬ ਨਿਵਾਜ ਕੀ ਕਰਨਾ ਚਾਹੀਦਾ? ਕਹਿੰਦੇ ਸਭ ਤੋਂ ਪਹਿਲਾਂ ਸਿੱਖ ਨੂੰ ਕੇਸੀ ਇਸ਼ਨਾਨ ਕਰਨਾ ਚਾਹੀਦਾ, ਕੇਸੀ ਕੇਸਾਂ ਸਮੇਤ। ਸਾਹਿਬ ਗਰਮ ਪਾਣੀ ਨਾਲ ਕਿ ਠੰਡੇ ਪਾਣੀ ਨਾਲ? ਜੋ ਤੁਹਾਡਾ ਕੁਐਸਚਨ ਆ ਭਾਈ ਲਹਿਣੇ ਨੇ ਕੀਤਾ। ਆਖੋ ਵਾਹਿਗੁਰੂ। ਤੁਹਾਡੇ ਵਿੱਚੋਂ ਅਤੇ ਮੇਰੇ ਵਿੱਚੋਂ 90% 95% ਅੱਜ ਲੋਕ ਗਰਮ ਪਾਣੀ ਨਾਲ ਨਹਾਉਂਦੇ ਆ। ਸਤਿਗੁਰੂ ਗਰੀਬ ਨਿਵਾਜ ਦੀ ਬਾਣੀ ਵਿੱਚ ਲਿਖਿਆ, ਰਹਿਤਨਾਮਿਆਂ 'ਚ ਲਿਖਿਆ ਵੀ ਠੰਡੇ ਪਾਣੀ ਜੋ ਨੈਣ ਆਵੇ। ਨੋਟ ਕਰੋ ਜਰਾ, ਠੰਡੇ ਪਾਣੀ ਜੋ ਨਹਿਣ ਆਵੇ। ਬੋਲਦੇ ਨਹੀਂ ਜੇ ਠੰਡੇ ਪਾਣੀ ਜੋ, ਵੀ ਜਿਹੜਾ ਠੰਡੇ ਪਾਣੀ ਨਾਲ ਨਹੀਂ ਨਹਾਉਂਦਾ ਉਹ ਸਿੱਖ ਮੇਰਾ ਚੌਰ ਨਾ ਕਰੇ, ਮੇਰੇ 'ਤੇ ਚੌਰ ਨਾ ਕਰੇ, ਤਨਖਾਹੀ ਹੈ। ਉਹ ਸਿੱਖ ਕੜਾਹ ਪ੍ਰਸ਼ਾਦ ਦੀ ਦੇਗ ਨਾ ਬਣਾਵੇਂ, ਤਨਖਾਹੀ ਹੈ। ਆਖੋ ਵਾਹਿਗੁਰੂ। ਜੇ ਤੁਸੀਂ ਕਹੋ ਵੀ ਸਮੇਂ ਦੇ ਨਾਲ ਨਾਲ ਕਾਨੂੰਨ ਬਦਲਦੇ ਰਹਿੰਦੇ ਆ, ਤਾਂ ਇਸ ਤਰ੍ਹਾਂ ਰੱਬ ਵੀ ਬਦਲੂ। ਫਿਰ ਧਿਆਨ ਦਿਓ ਜਰਾ, ਰੱਬ ਦਾ ਅੰਮ੍ਰਿਤ ਕਰਮੇ, ਅੰਮ੍ਰਿਤ ਕਰਮੇ ਅਤੇ ਅੰਮ੍ਰਿਤ ਅੱਗੇ ਬਾਬੇ ਨਾਲ ਆ। ਬ੍ਰਿਤ, ਬ੍ਰਿਤ ਮੈਨੇ ਬਿਰਤੀ, ਬਿਰਤੀ ਜਿਹੜੀ ਮਿੰਟ ਮਿੰਟ 'ਚ ਬਦਲਦੀ ਰਹਿੰਦੀ, ਉਹਦੇ ਅੱਗੇ ਐੜਾ ਲਾ ਦਿੱਤਾ ਵੀ ਨਾ ਬਦਲਣ ਵਾਲੇ ਕਾਨੂੰਨ ਧਰਮੇ, ਧਰਮ ਮੈਨੇ ਕਾਨੂੰਨ। ਜੋ ਰਹਿਤਨਾਮਿਆਂ 'ਚ ਗੁਰਬਾਣੀ 'ਚ ਸਾਨੂੰ ਕਾਨੂੰਨ ਲਿਖੇ ਨੇ ਨਾ ਗੁਰੂ, ਕਿਉਂ ਸਿੱਖੋ, ਉਹ ਬਦਲੇ ਨਹੀਂ ਜਾ ਸਕਦੇ ਤੁਹਾਡੇ ਲਈ। ਵੀ ਤੁਸੀਂ ਤਾਂ, ਮੈਂ ਅਰਦਾਸ ਕਰੀਏ ਵੀ ਸਮਾਂ ਬਦਲ ਗਿਆ ਜੀ, ਸਰੀਰ ਕਮਜ਼ੋਰ ਹੋ ਗਿਆ ਜੀ, ਅਸੀਂ ਕੈਨੇਡਾ ਅਮਰੀਕਾ ਵਿੱਚ ਰਹਿੰਦੇ ਹਾਂ ਜੀ, ਇੰਗਲੈਂਡ 'ਚ ਰਹਿੰਦੇ ਹਾਂ, ਉੱਥੇ ਠੰਡ ਬੜੀ ਪੈਂਦੀ ਹੈ ਅਤੇ ਸਾਨੂੰ ਤੁਸੀਂ ਗਰਮ ਪਾਣੀ ਨਾਲ ਨਹਾਉਣ ਦੀ ਇਜਾਜ਼ਤ ਦਿੰਦੇ? ਬਿਲਕੁਲ ਨਹੀਂ, ਨਹਾਉਣਾ ਤੁਹਾਨੂੰ ਠੰਡੇ ਪਾਣੀ ਨਾਲ ਪੈਣਾ ਹੈ। ਜੇ ਰੱਬ ਨੂੰ ਪਾਉਣਾ ਹੈ ਤਾਂ, ਜੇ ਵੈਸੇ ਰੱਬ ਦੇ ਆ ਜਿੰਨਾ ਤੁਸੀਂ ਬਾਣਾ ਸਜਾ ਕੇ ਫਿਰ ਰਹੇ ਹੋ, ਮੈਨੂੰ ਪੁੱਛੋ ਮੈਨੂੰ ਕਿੰਨੀ ਖੁਸ਼ੀ ਇਸ ਗੱਲ ਦੀ। ਆਖੋ ਵਾਹਿਗੁਰੂ। ਜੇ ਇੱਕ ਪ੍ਰਚਾਰਕ ਨੂੰ, ਉਹਦੇ ਚੌਂਕੀਦਾਰ ਨੂੰ ਤੁਹਾਡੇ ਬਾਣੀ ਦੀ ਖੁਸ਼ੀ ਹੈ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿੰਨੀ ਹੋ? ਇਹ ਨੋਟ ਕਰੋ ਵੀ ਕਿੰਨਾ ਖੁਸ਼ ਹੋ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਜਦੋਂ ਤੁਸੀਂ ਬਾਣੇ ਪਾ ਕੇ ਇਹਨਾਂ ਜੰਗਲਾਂ ਦੇ ਵਿੱਚ ਘੁੰਮ ਰਹੇ ਹੋ। ਸਤਿਗੁਰੂ ਜੀ ਕਹਿੰਦੇ ਵੀ 2:45 ਸਿੱਖ ਉੱਠੇ, ਇੱਕ ਵਾਰ ਦੱਸੋਗੇ ਕਿੰਨੇ ਵਜੇ? ਅਤੇ ਉੱਠ ਕੇ ਇਸ਼ਨਾਨ ਕਰੇ ਕੇਸੀ, ਅਤੇ ਠੰਡੇ ਪਾਣੀ ਨਾ ਕਰੇ। ਤੁਸੀਂ ਕਦੀ ਅੱਜ ਤੋਂ ਸਵੇਰੇ ਕਰਕੇ ਵੇਖਿਓ ਵੀ ਠੰਡੇ ਪਾਣੀ ਨਾਲ ਨਹਾ ਲਿਓ। ਗੁਰੂ ਸਾਹਿਬ ਦੇ ਚਰਨ ਸੇਵਕ ਹੋਣ ਦੇ ਨਾਤੇ ਗਰੰਟੀ ਦੇਣਾ, ਜਿੱਦਣ ਕੋਈ ਠੰਡੇ ਪਾਣੀ ਨਾਲ ਨਹਾ ਕੇ ਬਿਮਾਰ ਹੋਊਗਾ ਉਹਦਾ ਦਾਸ ਜ਼ਿੰਮੇਵਾਰ ਆ, ਗੁਰੂ ਦਾ ਸੇਵਕ।
ਕਦੀ ਕੋਈ ਬਿਮਾਰ ਨਹੀਂ ਹੁੰਦਾ ਠੰਡੇ ਪਾਣੀ ਨਾਲ ਨਹਾ ਕੇ, ਸਗੋਂ ਜੇ ਬੁਖਾਰ ਚੜਿਆ ਹੋਵੇ ਤਾਂ ਹਟ ਜਾਂਦਾ ਹੈ, ਖਾਂਸੀ ਆਉਂਦੀ ਹੋਵੇ ਤਾਂ ਹਟ ਜਾਂਦੀ ਹੈ। ਮੇਰਾ ਮਨ ਨਾ ਡਿੱਗੇ, ਮੇਰਾ ਮਨ ਨਾ ਡੋਲੇ, ਗੁਰੂ ਦੇ ਹੁਕਮ ਉੱਤੇ ਭਰੋਸਾ ਕਰਕੇ ਠੰਡਾ ਪਾਣੀ ਸਿਰ 'ਚ ਪਾ ਕੇ ਵੇਖੋ, ਚੌਂਕੜਾ ਮਾਰ ਕੇ ਬਹਿ ਜਾਓ, ਫਿਰ ਤੁਹਾਡਾ ਕੁਛ ਸਮੇਂ ਲਈ ਅੰਦਰਲੀ ਸਰਕੂਲੇਸ਼ਨ ਦੇ ਵਿੱਚੋਂ ਵਾਹਿਗੁਰੂ ਸੁਣੂਗਾ। ਤੁਸੀਂ ਸੁਣ ਕੇ ਵੇਖਿਓ, ਕਿਉਂਕਿ ਤੁਹਾਡਾ ਸਿਰ ਵਿਚਾਰਾਂ ਵਾਲਾ ਸ਼ਾਂਤ ਹੋ ਗਿਆ, ਤੁਹਾਡੇ ਸਿਰ ਦੇ ਵਿੱਚ ਠੰਡਾ ਪਾਣੀ ਪੈ ਗਿਆ, ਜਿਹੜੀਆਂ ਵਿਚਾਰਾਂ ਦਾ ਰੌਲਾ ਪੈ ਰਿਹਾ ਸੀ ਉਹ ਇੱਕ ਮਿੰਟ ਲਈ ਸ਼ਾਂਤ ਹੋ ਗਈਆਂ, ਹੁਣ ਤੁਸੀਂ ਚੁੱਪ ਹੋ ਗਏ ਹੋ। ਤੁਹਾਡੇ ਸਰਕੂਲੇਸ਼ਨ ਵਿੱਚੋਂ ਵਾਹਿਗੁਰੂ ਦੀ ਸੁਣ ਲਈ ਆਵਾਜ਼, ਜਿਹੜੀ ਆਵਾਜ਼ ਤੁਹਾਡੀ ਨਹੀਂ ਗੀ, ਕੁਦਰਤ ਦੀ ਆਵਾਜ਼ ਆ, ਕਦੀ ਸੁਣ ਕੇ ਵੇਖੋ। ਮਗਰ ਉਹ ਠੰਡੇ ਪਾਣੀ ਤੋਂ ਬਿਨਾਂ ਨਹੀਂ ਹੋਣੀ। ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। ਗਰਮ ਪਾਣੀ ਨਾਲ ਨਹਾ ਕੇ ਜਦੋਂ ਤੁਸੀਂ ਬਹਿੰਦੇ ਹੋ ਤਾਂ ਦੋ ਦੋ ਮਿੰਟ ਬਾਅਦ ਖੂਨ ਗਰਮ ਹੁੰਦਾ ਵਾ, ਕਦੀ ਤੁਹਾਨੂੰ ਲੱਗਦਾ ਇੱਥੇ ਕੀੜੀ ਤੁਰੀ ਜਾਂਦੀ, ਕਦੀ ਐਂ ਲੱਗਦਾ ਜਿਵੇਂ ਮੱਛਰ ਬਹਿ ਗਿਆ, ਹੁੰਦਾ ਕਿ ਨਹੀਂ? ਬੋਲੋ ਬੋਲੋ। ਜਦੋਂ ਤੁਸੀਂ ਗਰਮ ਪਾਣੀ ਨਾਲ ਨਹਾਤੇ ਹੋ ਤਾਂ ਖੂਨ ਤੁਰ ਰਿਹਾ, ਅਤੇ ਖੂਨ ਤੁਰ ਰਿਹਾ ਤਾਂ ਐਂ ਲੱਗਦਾ ਜੀ ਕੋਈ ਇੱਥੇ ਮੱਛਰ ਬਹਿ ਗਿਆ, ਇੱਥੇ ਕੀੜੀ ਆ ਗਈ, ਆਪਾਂ ਇੱਥੇ ਕਦੀ ਇੱਥੇ ਖੁਰਕਦੇ, ਕਦੀ ਇੱਥੇ ਖੁਰਕਦੇ। ਜਿਹੜਾ ਬੰਦਾ ਕਦੀ ਇੱਥੇ ਹੱਥ ਮਾਰਦਾ, ਕਦੀ ਇੱਥੇ ਮਾਰਦਾ, ਉਹਦੀ ਸੁਰਤ ਨਹੀਂ ਜੁੜ ਸਕਦੀ। ਸੁਰਤ ਜੋੜਨ ਨੂੰ ਠੰਡੇ ਪਾਣੀ ਨਾਲ ਨਹਾਉਣਾ ਜ਼ਰੂਰੀ ਹੈ। ਠੰਡੇ ਪਾਣੀ ਜੋ ਨਹਿ ਨਾਵੇ, ਤਨਖਾਹਦਾਰ ਵੈ ਵੱਡਾ ਕਹਾਵੇ। ਆਪਾਂ ਤਨਖਾਹੀਏ ਨੂੰ ਕਹਿੰਦੇ ਹਾਂ ਵੀ ਕੜਾ ਪ੍ਰਸ਼ਾਦੀ ਦੇਗ ਨਹੀਂ ਬਣਾ ਸਕਦਾ, ਆਪਾਂ ਤਨਖਾਹੀਏ ਨੂੰ ਕਹਿੰਦੇ ਹੁਕਮਨਾਮਾ ਨਹੀਂ ਲੈ ਸਕਦਾ। ਆਖੋ ਵਾਹਿਗੁਰੂ, ਮੈਂ ਪਹਿਲਾਂ ਵੀ ਦੱਸ ਦਿੱਤਾ ਹੈ, ਨੋਟ ਕਰਿਓ, ਬਾਬੇ ਨਾਨਕ ਦੇ ਪੁੱਤਰੋ, ਤੁਹਾਡੇ ਲਈ ਅਤੇ ਮੇਰੇ ਲਈ ਕੁਦਰਤ ਦੇ ਅਸੂਲ ਨਹੀਂ ਬਦਲੇ ਜਾਣੇ, ਉਹ ਅਸੂਲ ਅਸੂਲ ਹੀ ਰਹਿਣੇ ਨੇ। ਤੁਸੀਂ ਇਹ ਨਾ ਕਹੋ ਵੀ ਸਮਾਂ ਬਦਲਣ 'ਤੇ ਜੀ ਹੁਣ ਗਰਮ ਪਾਣੀ ਦੀ ਛੁੱਟੀ ਮਿਲ ਸਕਦੀ, ਬਿਲਕੁਲ ਨਹੀਂ। ਠੰਡੇ ਪਾਣੀ ਨਾਲ ਨਹਾਉਣਾ ਪੈਣਾ ਸਿੱਖ ਨੂੰ, ਠੰਡੇ ਪਾਣੀ ਨਾਲ ਨਹਾ ਕੇ ਚੌਂਕੜਾ ਮਾਰਨਾ ਪੈਣਾ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿਣ ਲੱਗੇ, ਠੰਡੇ ਪਾਣੀ ਨਾਲ ਲੈਣਿਆ ਨਹਾ ਲੈਣਾ ਚਾਹੀਦਾ ਸਿੱਖ ਨੂੰ। ਆਖੋ ਵਾਹਿਗੁਰੂ। ਫਿਰ ਮਹਾਰਾਜ ਕੀ ਕਰੀਏ, ਇੱਕ ਪੁਆਇੰਟ ਹੱਲ ਹੋ ਗਿਆ ਵੀ ਅੰਮ੍ਰਿਤ ਵੇਲੇ 1:45 ਉੱਠ ਕੇ ਕੀ ਕਰ ਲਿਆ, ਕੇਸੀ ਇਸ਼ਨਾਨ ਕਿਸ ਤਰ੍ਹਾਂ ਦੇ ਪਾਣੀ ਨਾਲ, ਠੰਡੇ ਪਾਣੀ ਨਾਲ ਨਹਾ ਲਿਆ। ਫਿਰ ਮਹਾਰਾਜ ਕੀ ਕਰੀਏ, ਕਹਿੰਦੇ ਘੱਟ ਤੋਂ ਘੱਟ 2 ਘੰਟੇ ਲੈਣੇ ਆ, ਇੱਕ ਮਨ ਇੱਕ ਚੁੱਤ ਹੋ ਕੇ ਵਾਹਿਗੁਰੂ ਦੀ ਧੁਨੀ ਨੂੰ ਮੂੰਹ ਤੋਂ ਕਹਿ ਕੇ ਕੰਨਾਂ ਤੋਂ ਸੁਣਨਾ ਹੈ। ਇਹ ਮੁਕਤੀ ਦਾ ਮਾਰ ਗਿਆ ਬਾਬੇ ਨਾਨਕ ਦੇ ਘਰ ਦਾ, ਜਿਹੜਾ ਤੁਸੀਂ ਅਤੇ ਮੈਂ ਕਿਤਾਬਾਂ ਵਿੱਚ ਉਲਝ ਕੇ ਰਹਿ ਗਏ। ਆਖੋ ਵਾਹਿਗੁਰੂ। ਬੜਾ ਸੌਖਾ ਸੀ, ਬੜਾ ਸੌਖਾ ਸੀ, ਨਾਨਕ ਨਿਰਮਲ ਪੰਥ ਚਲਾਇਆ ਬੜਾ। ਜੇ ਤੁਸੀਂ ਪਾਸ ਹੋ ਜਾਂਦੇ ਹੋ ਤੁਹਾਡੇ ਵੱਲ ਵੇਖ ਕੇ ਅਸਾਈਆਂ ਭੱਜਣਾ ਸੀ ਤੁਹਾਡੇ ਵੱਲ, ਤੁਸੀਂ ਸਮਝ ਰਹੇ ਮੈਂ ਕੀ ਕਿਹਾ ਹੁਣ, ਕਿੰਨਾ ਭੱਜਣਾ ਸੀ ਨਹੀਂ। ਅਸਾਈਆਂ ਨੇ ਜੇ ਸਾਡੀ ਜ਼ਿੰਦਗੀ ਖਿੜ ਜਾਂਦੀ, ਸਾਡੇ ਪਲਾਂਟ ਖਿੜ ਜਾਂਦੇ, ਸਾਡੇ ਬੂਟੇ ਖਿੜ ਜਾਂਦੇ, ਸਾਡੇ ਚਿਹਰੇ ਖਿੜ ਜਾਂਦੇ, ਸਾਡੇ 'ਚੋਂ ਸਿੱਖੀ ਦੀ ਖੁਸ਼ਬੂ ਆਉਂਦੀ। ਰੱਬ ਦੀ ਖੁਸ਼ਬੂ ਅਤੇ ਸਿੱਖੀ ਦੀ ਖੁਸ਼ਬੂ ਇੱਕੋ ਹੀ ਆ, ਨੋਟ ਕਰਿਓ, ਰੱਬ ਦੀ ਖੁਸ਼ਬੂ ਅਤੇ ਸਿੱਖੀ ਦੀ ਖੁਸ਼ਬੂ ਬੋਲਦੇ ਨਹੀਂ ਜੇ ਇੱਕੋ ਹੀ ਆ। ਰੱਬ ਵਰਗੇ ਸੁਭਾਅ, ਰੱਬ ਦਾ ਸੁਭਾਅ ਅਤੇ ਤੁਹਾਡਾ ਸੁਭਾਅ ਇੱਕ ਆ, ਸਿੱਖ ਦਾ ਸੁਭਾਅ ਅਤੇ ਗੁਰੂ ਦਾ ਸੁਭਾਅ। ਆਖੋ ਵਾਹਿਗੁਰੂ। ਸਿੱਖ ਗੁਰੂ ਵਰਗਾ ਹੋਵੇ ਅਤੇ ਗੁਰੂ ਰੱਬ ਵਰਗਾ ਹੋਵੇ, ਨਹੀਂ ਪਤਾ ਲੱਗਾ ਜੇ ਸਿੱਖ ਕਿਹਦੇ ਵਰਗਾ ਹੋਵੇ, ਫਿਰ ਬੋਲੋ, ਸਿੱਖ ਗੁਰੂ ਵਰਗਾ ਹੋਵੇ ਅਤੇ ਗੁਰੂ ਰੱਬ ਵਰਗਾ ਹੋਵੇ, ਗੁਰੂ 'ਚ ਵੀ ਭੇਦ ਨਾ ਹੋਵੇ। ਰੱਬ ਦੇ ਦਰਸ਼ਨ ਹੁੰਦੇ ਹੋਣ ਗੁਰੂ 'ਚ ਹੋ ਅਤੇ ਗੁਰੂ ਦੇ ਦਰਸ਼ਨ ਹੁੰਦੇ ਹੋਣ ਸਿੱਖ ਵਿੱਚੋਂ, ਇੱਦਾਂ ਦੀ ਜ਼ਿੰਦਗੀ ਬਣਾਉਣੀ ਆ, ਧੜੇ ਨਾ ਪਾਲਣੇ ਆ ਵੀ ਅਸੀਂ ਇੰਨੇ ਹੋ ਗਏ ਹਾਂ, ਕਰੋੜਾਂ 'ਚੋਂ ਇੱਕ ਬੜਾ ਹੈ, ਮਗਰ ਹੋਵੇ ਗੁਰੂ ਵਰਗਾ ਹੋਵੇ। ਸਿੱਖ ਦੇ ਵਿੱਚੋਂ ਖੁਸ਼ਬੂ ਕਿਸ ਤਰ੍ਹਾਂ ਦੀ ਆਵੇ, ਗੁਰੂ ਵਰਗੀ, ਤੁਹਾਡੀ ਬਹਿਣੀ ਵਿੱਚੋਂ, ਤੁਹਾਡੀ ਖਲੋਣੀ ਵਿੱਚੋਂ, ਤੁਹਾਡੀ ਬੋਲਣੀ ਵਿੱਚੋਂ, ਤੁਹਾਡੇ ਕਿਰਦਾਰ ਵਿੱਚੋਂ ਗੁਰੂ ਦੀ ਖੁਸ਼ਬੂ ਆਉਂਦੀ ਹੋਵੇ ਤਾਂ ਪਾਸ ਹੋ ਗਏ। 2 ਘੰਟੇ ਲੈਣੇ ਆ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੇ ਸਿੱਖ, ਸਮਝ ਰਹੇ ਹੋ? ਇੱਕ ਵਾਰ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸੁਸਤੀ ਨਾ ਪਏ ਤਗੜਿਓ। ਇੱਕ ਆਵਾਜ਼ ਕੱਢ ਲਓ, ਗੁਰੂ ਦੀ ਆਵਾਜ਼ ਆਜੂ, ਸਾਰੀ ਸੰਗਤ ਚੋਂ ਇੱਕੋ ਹੀ ਆਵਾਜ਼ ਆਵੇ, ਹਾਂ ਹਾਂ ਰੱਬ ਦੀ ਆਵਾਜ਼। ਲੈਣੇ ਆ ਮੂੰਹ ਤੋਂ ਕਹਿ ਕੇ ਕੰਨਾਂ ਤੋਂ ਸੁਣੇ, ਕੋਸ਼ਿਸ਼ ਕਰੋ, ਹਾਂ
ਮੂੰਹ ਤੋਂ ਕਹਿ ਵਚਨ ਨੂੰ ਕੰਨਾਂ ਨਾਲ ਸੁਣੋ। ਸਤਨਾਮ ਸ੍ਰੀ ਵਾਹਿਗੁਰੂ। ਕਿਹੜੇ ਪੜੇ ਪੁਆਇੰਟ ਮੈਂ ਦੱਸ ਗਿਆ ਵੀ ਪਹਿਲੋਂ 2:45 ਸਿੱਖ ਉੱਠੇ, ਫਿਰ ਕਿ ਅਸੀਂ ਇਹ ਫਾਲੋ ਕਰਨੇ ਨੇ। ਗੁਰੂ ਅੱਗੇ ਅਰਦਾਸ ਕਰਿਓ ਜੇ ਔਖਾ ਕੰਮ ਲੱਗਦਾ ਨਾ, ਅਤੇ ਅੱਜ ਤੱਕ ਤੁਸੀਂ ਪੜ੍ਹਾਈ ਮੰਗੀ ਗੁਰੂ ਕੋਲੋਂ ਅਤੇ ਗੁਰੂ ਨੇ ਦਿੱਤੀ, ਅੱਜ ਤੱਕ ਤੁਸੀਂ ਘਰ ਮੰਗਿਆ ਅਤੇ ਗੁਰੂ ਨੇ ਦਿੱਤਾ, ਧੀਆਂ ਪੁੱਤ ਮੰਗੇ ਅਤੇ ਗੁਰੂ ਨੇ ਦਿੱਤੇ, ਸਿੱਖਾਂ ਝੋਲੀ ਅੱਡ ਦੇ, ਮੇਰੀ ਝੋਲੀ 'ਚ ਅੰਮ੍ਰਿਤ ਵੇਲਾ ਪਾ ਦੇ, ਪਾ ਦੂਗਾ ਦਿੰਦਾ ਹੈ। ਲਿਖਿਆ ਗੁਰਬਾਣੀ 'ਚ ਜੈਸੀ ਭੂਖ, ਬੋਲੋ ਫਿਰ ਬੋਲੋ। ਕਈ ਵਾਰ ਤੁਸੀਂ ਸੋਚਦੇ ਨਹੀਂ, ਮਨ ਦੇ ਵਿੱਚ ਫੁਰਨਾ ਬਣਾ ਕੇ ਗਿਆ ਵੀ ਅੱਜ ਤਾਂ ਘਰ ਪੀਜ਼ਾ ਬਣਿਆ ਹੋਵੇ ਨਾ, ਤੁਸੀਂ ਫੁਰਨਾ ਬਣਾਇਆ ਅਤੇ ਮੰਮੀ ਨੂੰ ਜਾ ਕੇ ਕਹਿੰਦੇ ਮੰਮੀ ਅੱਜ ਤਾਂ ਨਾ ਮਾਤਾ ਜੀ ਮੈਂ ਫੁਰਨਾ ਬਣਾਉਣਾ ਵੀ ਪੀਜ਼ਾ ਖਾਈਏ, ਤੁਹਾਨੂੰ ਕਿਤਨਾ ਪਤਾ ਲੱਗ ਗਿਆ। ਉਹ ਤੁਹਾਡੀ ਤਰੰਗ ਉੱਥੇ ਜਾ ਕੇ ਟਕਰਾਈ ਹੈ, ਨਹੀਂ ਪਤਾ ਲੱਗਾ ਜੀ, ਤੁਹਾਡੀ ਸੋਚ ਮਾਤਾ ਦੀ ਸੋਚ ਨਾਲ ਜਾ ਕੇ ਟਕਰਾ ਗਈ ਅਤੇ ਉੱਥੇ ਖਬਰ ਚਲੇ ਗਈ ਵੀ ਪੀਜ਼ਾ ਬਣਾਈਏ। ਜਿੱਦਣ ਕਦੀ ਤੁਹਾਡੀ ਸੋਚ ਵਿੱਚ ਇਹ ਆਇਆ ਨਾ, ਧੰਨ ਗੁਰੂ ਗ੍ਰੰਥ ਸਾਹਿਬ ਮੇਰੀ ਝੋਲੀ 'ਚ ਅੰਮ੍ਰਿਤ ਵੇਲਾ ਪਾ, ਅਤੇ ਇਹ ਤੁਹਾਡੀ ਵਾਈਬ੍ਰੇਟ, ਤੁਹਾਡੀ ਇਹ ਸੋਚ, ਤੁਹਾਡੀ ਤਰੰਗ ਗੁਰੂ ਨਾਲ ਟਕਰਾਉਣੀ ਆ, ਤੁਹਾਡੀ ਝੋਲੀ 'ਚ ਅੰਮ੍ਰਿਤ ਵੇਲਾ ਗੁਰੂ ਨੇ ਪਾ ਦੇਣਾ ਹੈ। ਤੁਸੀਂ ਸੌਣਾ ਚਾਹੋਗੇ ਤਾਂ ਵੀ ਨਹੀਂ ਸੌਂ ਚੁੱਕੋਗੇ। ਜਿੱਦਣ ਗੁਰੂ ਨੇ ਨਵਾਜਿਆ, ਆਖੋ ਵਾਹਿਗੁਰੂ। ਜੈਸੀ ਭੂਖ, ਬੋਲੋ, ਇਹਦਾ ਅਰਥ ਕੀ ਹੈ? ਜਿਹੋ ਜਿਹੀ ਤੁਹਾਡੀ ਭੁੱਖ ਹੈ, ਤੈਸੀ ਕਾ ਪੂਰਕ, ਤੈਸੀ ਕਾ ਪੂਰਕ ਰੱਬ। ਜੇ ਤੁਹਾਨੂੰ ਪੈਸੇ ਦੀ ਭੁੱਖ ਲੱਗਦੀ ਹੈ ਨਾ, ਅਤੇ 24 ਘੰਟੇ ਤੁਹਾਡੇ ਦਿਮਾਗ 'ਚ ਕੀ ਘੁੰਮ ਰਿਹਾ, ਅਤੇ ਤੁਸੀਂ 24 ਘੰਟੇ ਜਿਹੜੀ ਚੀਜ਼ ਲੱਭਦੇ ਹੋ, ਇੱਕ ਦਿਨ ਉਹ ਲੱਭ ਜਾਣੀ, ਤੁਸੀਂ ਪੈਸੇ ਕਮਾ ਲੈਣੇ। ਜੇ ਪੈਸੇ ਕਮਾਉਣ ਦੀ ਭੁੱਖ ਹੈ, ਅਤੇ ਜੇ ਵੱਡੇ ਮਕਾਨ ਦੀ ਭੁੱਖ ਹੈ, ਅਤੇ ਇੱਕ ਦਿਨ ਸਾਰੀ ਜ਼ਿੰਦਗੀ 'ਚ ਵੱਡਾ ਮਕਾਨ ਮਿਲ ਜਾਣਾ, ਤੁਹਾਨੂੰ ਭੁੱਖ ਲੱਗੀ ਸੀ ਮਕਾਨ ਦੀ। ਜਿੱਦਣ ਤੁਹਾਨੂੰ ਭੁੱਖ ਲੱਗੀ, ਨਾਨਕ ਪਿਆਸ ਲੱਗੀ ਦਰਸ਼ਨ ਕੀ, ਜਿੱਦਣ ਤੁਹਾਡੇ ਅੰਦਰੇ ਪਿਆਸ ਲੱਗੀ ਮੈਂ ਤੇਰੇ ਦੀਦਾਰ ਕਰਨੇ ਨੇ, ਮੈਂ ਅੰਮ੍ਰਿਤ ਵੇਲਾ ਸੰਭਾਲਣਾ ਹੈ, ਪ੍ਰਭ ਮਿਲਿਓ ਅੰਤਰਜਾਮੀ, ਤੁਹਾਨੂੰ ਮਿਲਾਪ ਹੋ ਜਾਣਾ ਹੈ, ਤੁਸੀਂ 24 ਪੂਰੇ ਦਾ ਪੂਰਾ। ਮੈਨੂੰ ਇੱਕ ਮਹਾਤਮਾ ਕਹਿੰਦਾ ਸੀ, ਆਖੋ ਵਾਹਿਗੁਰੂ, ਉਹ ਕਹਿੰਦਾ ਸੀ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਨਾ, 100% ਫੁਰਨਾ ਬਣਾ ਲਓ, ਮਿਲ ਜੂਗੀ। ਕੀ ਮੈਂ ਕਿਹਾ ਜੀ? 100% ਫੁਰਨਾ ਬਣਾ ਲਓ ਤੁਹਾਨੂੰ ਉਹ ਚੀਜ਼। ਤੁਸੀਂ 100% ਅੰਮ੍ਰਿਤ ਵੇਲੇ ਦਾ ਫੁਰਨਾ ਜੇ ਬਣਾਉਂਦੇ ਨਹੀਂ, ਨਹੀਂ ਪਤਾ ਲੱਗਾ ਜੀ, ਨਹੀਂ ਪਤਾ ਲੱਗਾ ਮੇਰੀ ਗੱਲ ਤਾਂ ਪੁੱਤ? 100% ਫੁਰਨਾ ਤੁਸੀਂ ਬਣਾਉਂਦੇ ਨਹੀਂ। ਜਿੱਦਣ ਬਣ ਗਿਆ ਵੀ ਅੰਮ੍ਰਿਤ ਵੇਲੇ ਮੈਂ ਉੱਠਣਾ, 100% ਫੁਰਨਾ ਉਹ ਪੂਰਾ ਹੋ ਜਾਣਾ, ਕਿਸੇ ਨੇ ਆਣ ਉਠਾਉਣਾ ਹੈ। ਆਖੋ ਵਾਹਿਗੁਰੂ। ਆਹ ਦਰਵਿੰਦਰ ਸਿੰਘ ਜਿੱਥੋਂ ਆਏ ਨਾ, ਇਸ ਸ਼ਹਿਰ ਦੇ ਵਿੱਚ ਇੱਕ ਧੀ ਰਾਣੀ ਮੈਨੂੰ ਕਹਿੰਦੀ ਵੀ ਤੁਸੀਂ ਬੜਾ ਕਹਿੰਦੇ ਹੋ ਵੀ ਮਹਾਰਾਜ ਆਪ ਉਠਾ ਦਿੰਦੇ, ਆਪ ਉਠਾ ਦਿੰਦੇ, ਜੇ ਮੈਂ ਅੱਜ ਅਰਦਾਸ ਕਰਕੇ ਸੋਵਾਂ ਵੀ ਮੈਨੂੰ 2:45 ਕਲਗੀਆਂ ਵਾਲਿਆ ਪਾਤਸ਼ਾਹ ਠਾਈ, ਤੁਹਾਡੇ ਸ਼ਹਿਰ ਦੀ ਕਹਾਣੀ ਆ। ਆਖੋ ਵਾਹਿਗੁਰੂ। ਜੇ ਮੈਂ ਅੱਜ ਅਰਦਾਸ ਕਰਕੇ ਸੋਵਾਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੈਨੂੰ ਅੰਮ੍ਰਿਤ ਵੇਲੇ ਆਣ ਕੇ ਉਠਾਇਓ, ਅਤੇ ਸੱਚੀ ਮੁੱਚੀ ਆਜੂ, ਇਹ ਅੱਤ ਕਥਨੀ ਨਹੀਂ, ਇਹ ਵਿਚਾਰ ਦਾ ਵਿਸ਼ਾ ਨਹੀਂ, ਇਹ ਸ਼ਰਧਾ ਦਾ ਵਿਸ਼ਾ ਹੈ। ਆਖੋ ਵਾਹਿਗੁਰੂ। ਆਪ ਮਿਲਿਆ ਘਰ ਆਏ, ਆਪ ਮਿਲਿਆ ਰਾਤ ਅਰਦਾਸ ਕਰਕੇ ਸੁੱਤੀ ਮੈਂ ਫ੍ਰੀ ਮਾਉਂਟ ਗੁਰਦੁਆਰੇ ਜੋੜਿਆਂ ਦੇ ਵਿੱਚ ਖਲੋਤਿਆਂ ਨੂੰ ਕਿਹਾ ਮੈਂ ਮੇਰੀ ਇਹ ਧੀਏ, ਮੇਰਾ ਗੁਰੂ ਗੋਬਿੰਦ ਸਿੰਘ ਜਿੰਨਾ ਮੇਰੇ ਨਾਲ ਪਿਆਰ ਕਰਦਾ ਹੈ, ਜਿੰਨਾ ਅਜੀਤ ਸਿੰਘ ਨਾਲ ਪਿਆਰ ਕਰਦਾ, ਉਨਾ ਹੀ ਤੇਰੇ ਨਾਲ ਕਰਦਾ ਹੈ। ਇਹ ਨਾ ਸਮਝੋ ਵੀ ਬਾਬੇ ਅਜੀਤ ਸਿੰਘ ਨੂੰ ਜ਼ਿਆਦਾ ਮੱਥਾ ਚੁੰਮਦਾ ਸੀ, ਗੱਲ ਨਾਲ ਲਾਉਂਦਾ ਸੀ, ਉਹ ਇੱਕ ਇੱਕ ਸਿੱਖ ਨੂੰ ਗੱਲ ਨਾਲ ਲਾਉਣਾ ਚਾਹੁੰਦਾ, ਇੱਕ ਇੱਕ ਧੀ ਨੂੰ ਗੱਲ ਨਾਲ ਲਾਉਣਾ ਚਾਹੁੰਦਾ। ਤੁਸੀਂ ਦੂਰ ਹੋ, ਆਵਾਜ਼ ਮਾਰੋ, ਆਊਗਾ। ਅੰਮ੍ਰਿਤ ਵੇਲੇ ਭੱਜੀ ਆਈ, ਆਖੋ ਵਾਹਿਗੁਰੂ। ਅੰਮ੍ਰਿਤ ਵੇਲੇ ਦੇ ਦੀਵਾਨ 'ਚ ਖਾਲਸਾ ਜੀ, ਅੱਜ ਮੈਂ ਜਦੋਂ 2:45 ਸੀ ਨਾ, ਤਾਂ ਮੈਂ ਬੇਹੋਸ਼ ਪਈ ਸਾਂ, ਅਤੇ ਮੈਨੂੰ ਕਿਸੇ ਨੇ ਬੂਹਾ ਖੜਕਾਇਆ। ਇਹ ਸੱਚ ਹੈ, ਜਿਉਂਦੀ ਜਾਗਦੀ ਧੀ ਆ, ਮਿਲ ਸਕਦੀ ਤੁਹਾਨੂੰ ਫ੍ਰੀ ਮੋਟ। ਆਖੋ ਵਾਹਿਗੁਰੂ। ਮੈਂ ਫਿਰ ਸੌਂਗੀ, ਪਾਸਾ ਬਦਲ ਕੇ ਫਿਰ ਸੌਂਗੀ ਵੀ ਸ਼ਾਇਦ ਦਰਵਾਜ਼ਾ ਹਵਾ ਨਾ ਖੁੱਲਿਆ, ਖੜਕਿਆ। ਫਿਰ ਸੌਂਗੀ, ਫਿਰ 2 ਮਿੰਟ ਬਾਅਦ ਫਿਰ ਮੈਂ ਸੌਂਗੀ, ਤੀਸਰੀ ਵਾਰ ਹੋਰ ਖੜਕਾਇਆ ਜੀ, ਵਰਨਾ
ਤੇ ਮੇਰੀ ਚੇਤਨਤਾ ਕੰਮ ਕਰ ਗਈ ਵੀ ਰਾਤ ਨੂੰ ਜਿਹਨੂੰ ਕਿਹਾ ਸੀ ਉਹ ਆ ਗਿਆ। ਮੈਂ ਅੰਮ੍ਰਿਤ ਵੇਲੇ ਉੱਠੀ, ਇਸ਼ਨਾਨ ਕੀਤਾ, ਚੌਂਕੜਾ ਮਾਰਿਆ, ਮੈਨੂੰ ਵਿਸ਼ਵਾਸ ਹੋ ਗਿਆ ਮੇਰੇ ਗੁਰੂ ਗੋਬਿੰਦ ਸਿੰਘ ਨੂੰ ਕੋ ਆਵਾਜ਼ ਮਾਰਿਓ ਤੇ ਕਰੋੜ ਵਾਰ ਆਉਣ ਨੂੰ ਤਿਆਰ ਆ। ਚਰਨ ਸਰਨ ਗੁਰ, ਤੁਸੀਂ ਇੱਕ ਕਦਮ ਪੁੱਟੋ, ਸਤਿਗੁਰ ਕੋਟ ਪੈਂਡਾ ਉਹ ਤੇ ਤੁਹਾਡੇ ਨਾਲ ਪਿਆਰ ਕਰਦਾ ਹੈ, ਬੜਾ ਪਿਆਰ ਕਰਦਾ ਹੈ, ਬੜਾ ਪਿਆਰ ਕਰਦਾ ਹੈ। ਬੱਚਾ ਬਾਪ ਨੂੰ ਭੁੱਲਦਾ ਹੈ, ਆਖੋ ਏ ਗੁਰੂ ਤੁਸੀਂ ਆਪਣੇ ਡੈਡੀ ਕੋਲੋਂ ਨਹੀਂ ਲੱਤ ਨਹੀਂ ਲਓ, ਤੁਸੀਂ ਆਪਣੇ ਡੈਡੀ ਕੋਲੋਂ ਮੋਟਰਸਾਈਕਲ ਮੰਗਦੇ ਹੋ, ਤੁਹਾਨੂੰ ਤੁਹਾਡਾ ਡੈਡੀ ਦੇ ਦਿੰਦਾ ਲੈ ਕੇ ਮੋਟਰਸਾਈਕਲ। ਜਦੋਂ ਮੋਟਰਸਾਈਕਲ ਤੁਸੀਂ ਲੈ ਕੇ ਦੇ ਦਿੱਤਾ, ਬਾਪ ਨੇ ਲੈ ਕੇ ਦੇ ਦਿੱਤਾ ਤੁਹਾਨੂੰ, ਜਦੋਂ ਤੁਸੀਂ ਮੋਟਰਸਾਈਕਲ ਸਟਾਰਟ ਕਰਕੇ ਐਨੂੰ ਮੂੰਹ ਕਰਕੇ ਤੁਰ ਪਏ ਹੋ ਤੇ ਤੁਹਾਨੂੰ ਬਾਪੂ ਦਾ ਚੇਤਾ ਭੁੱਲ ਗਿਆ। ਸੁਭਾਵਕ ਕਦ ਨਹੀਂ, ਹੁਣ ਧਿਆਨ ਕਿਹਦੇ 'ਚ? ਧਿਆਨ ਦਿਓ ਨਾ ਉਹਦੀਆਂ ਲਾਈਟਾਂ 'ਚ, ਉਹਦੇ ਗੇਅਰਾਂ 'ਚ, ਉਹਨੂੰ ਚਲਾਉਣ 'ਚ। ਜਿਹੜੀ ਨਵੀਂ ਨਵੀਂ ਜਗ੍ਹਾ 'ਤੇ ਜਾ ਰਿਹਾ ਉਸ ਜਗ੍ਹਾ 'ਚ ਧਿਆਨ ਉਲਝ ਗਿਆ। ਤੁਸੀਂ ਕੀ ਸੋਚਦੇ ਜਿਸ ਬਾਪ ਨੇ ਤੁਹਾਨੂੰ ਮੋਟਰਸਾਈਕਲ ਲੈ ਕੇ ਚੜਾਇਆ ਉਹ ਵੀ ਭੁੱਲ ਗਿਆ ਤੁਹਾਨੂੰ? ਬੋਲੋ ਨਾ, ਹਾਜ਼ਰ ਜੇ ਜਿਹਨੇ ਤੁਹਾਨੂੰ ਇੰਨਾ ਕੁਝ ਦਿੱਤਾ ਹੈ, ਇੰਨਾ ਕੁਝ ਦੇ ਕੇ ਬਾਪ ਨਹੀਂ ਜੇ ਭੁੱਲਿਆ? ਧਿਆਨ ਦਿਓ, ਬਾਪ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਇੱਕ ਸਿੱਖ ਨੂੰ ਰੋਜ਼ ਯਾਦ ਕਰਦਾ। ਤੁਸੀਂ ਇਹ ਨੋਟ ਕਰਿਓ, ਜਦੋਂ ਦੋ ਤਿੰਨ ਗੱਲਾਂ ਆਖੀਆਂ, ਪਹਿਲਾਂ ਕੀ ਅੰਮ੍ਰਿਤ ਵੇਲੇ ਪੌਣੇ 2 ਵਜੇ ਉੱਠਣਾ, ਫਿਰ ਕੀ ਠੰਡੇ ਪਾਣੀ, ਸ਼ਾਬਾਸ਼ ਜਿੰਦਾ ਰਹੋ, ਠੰਡੇ ਪਾਣੀ ਨਾਲ ਇਸ਼ਨਾਨ ਕਰਨਾ, ਫਿਰ ਚੌਂਕੜਾ ਮਾਰ ਕੇ 2 ਘੰਟੇ ਵਾਹਿਗੁਰੂ ਗੁਰਸਿਮਰਨ ਵਿੱਚ ਜੁੜਨਾ, ਫਿਰ ਉਸ ਤੋਂ ਬਾਅਦ ਮਹਾਰਾਜ ਕੀ ਕਰਾਂ ਭਾਈ ਲੈਣਾ ਕਹਿੰਦਾ ਫਿਰ ਕੀ ਕਰੀਏ? ਕਹਿੰਦੇ ਫਿਰ ਜਪਜੀ ਸਾਹਿਬ ਦਾ ਪਾਠ ਕਰੇ, ਉਦੋਂ ਕਿਉਂਕਿ ਬਾਣੀ ਕੇਵਲ ਜਪਜੀ ਸੀ, ਆਖੋ ਵਾਹਿਗੁਰੂ, ਜਪਜੀ ਸਾਹਿਬ ਦਾ ਸਿੱਖ ਪਾਠ ਕਰੇ। ਅਤੇ ਸਰਕਾਰ ਨੂੰ ਪੁੱਛਿਆ ਭਾਈ ਲੈਣੇ ਨੇ, ਸਾਹਿਬ ਜੀ ਜੇ ਮੈਂ 4 ਗੱਲਾਂ ਫਾਲੋ ਕਰ ਲਾਂ, ਕਿਹੜੀ ਕਿਹੜੀ? 2:15 ਅੰਮ੍ਰਿਤ ਵੇਲੇ ਉੱਠਣ ਦੀ, ਫਿਰ ਵਾਹਿਗੁਰੂ ਗੁਰਮੰਤਰ ਦੇ ਸਿਮਰਨ ਕਰਨ ਦੀ ਅਤੇ ਜਪਜੀ ਸਾਹਿਬ ਪੜ੍ਹਨ ਦੀ, ਇਹ ਕਿੰਨੀਆਂ ਗੱਲਾਂ ਹੋ ਗਈਆਂ? 4 ਜਾਗੇ, 4 ਜੁਗੀ ਅਤੇ ਪੰਚਾਇਨ ਲੈਣੇ ਨੇ ਪੁੱਛਿਆ ਫਿਰ ਮੈਨੂੰ ਮਿਲੂ ਕੀ? ਮੇਰੀ ਬ੍ਰਹਮ ਗਿਆਨੀਆਂ ਵਾਲੀ ਅਵਸਥਾ ਬਣ ਜੂਗੀ? ਮੇਰੀ ਸੰਤਾਂ ਵਾਲੀ ਅਵਸਥਾ ਬਣੂਗੀ? ਸਾਧਾਂ ਵਾਲੀ ਅਵਸਥਾ ਬਣੂਗੀ? ਸਾਹਿਬ ਕਹਿਣਗੇ ਨਹੀਂ, ਇਹ 4 ਗੱਲਾਂ ਜਿੱਦਣ ਤੂੰ ਕਦੀ ਜ਼ਿੰਦਗੀ 'ਚ ਪੂਰੀਆਂ ਨਿਭਾ ਲਏਗਾ, ਇਹ ਗੱਲ ਆਪਣੀ ਪੱਲੇ ਬੰਨ ਲਏਗਾ ਅਤੇ ਲੈਣਿਆ ਮੇਰਾ ਰੂਪ ਹੋ ਜਾਏਗਾ। ਕੀ ਹੋ ਜਾਏਗਾ? ਲੈਣਿਆ ਤੂੰ ਮੇਰਾ ਹੋਇਆ ਸੀ, ਫਿਰ ਤੂੰ ਦੱਸ ਕੁੜੀਆ, ਹੋਇਆ ਸੀ ਤੂੰ ਵਿਚਕਾਰ ਲਈ, ਤੂੰ ਦੱਸ ਕੀ ਬਣ ਗਿਆ ਸੀ? ਤਾਂ ਸ਼ਾਬਾਸ਼, ਜਿੰਦੀ ਰਹੋ, ਤਨ ਤੇਰੀ ਮਾਂ ਅਤੇ ਤੇਰਾ ਪਿਓ, ਜਿਉਂਦੀ ਰਹੋ। ਕੀ ਬਣ ਗਿਆ ਸੀ? ਗੁਰੂ ਅੰਗਦ ਦੇਵ ਮਹਾਰਾਜ ਕੀ ਕੀਤਾ ਸੀ? 2:15 ਉੱਠੇ, ਧਿਆਨ ਦਿਓ, 2:15 ਉੱਠੇ, ਕੇਸੀ ਇਸ਼ਨਾਨ ਕੀਤਾ ਠੰਡੇ ਪਾਣੀ ਨਾਲ, ਫਿਰ ਚੌਂਕੜਾ ਮਾਰ ਕੇ ਵਾਹਿਗੁਰੂ ਜਪਿਆ, ਫਿਰ ਜਪਜੀ ਦਾ ਜਾਪ ਕੀਤਾ, 4 ਪੌੜੀਆਂ ਲਹਿਣਾ ਚੜ੍ਹ ਗਿਆ ਅਤੇ 5 ਉਹਦਾ ਰੂਪ ਮਿਲ ਗਿਆ। ਇਹ ਨੋਟ ਕਰਿਓ, ਤੁਹਾਨੂੰ ਮਿਲ ਸਕਦਾ ਹੈ। ਬਾਬੇ ਫਰੀਦ ਨੇ ਜਿਹੜੇ ਅੱਜ ਬਚਨ ਕੀਤੇ ਨੇ, ਫਰੀਦਾ ਪਿਛਲ ਰਾਤ ਨਾ ਜਾਗਿਓ, ਜੇ ਤੂੰ ਪਿਛਲੀ ਰਾਤ ਨਹੀਂ ਜਾਗਿਆ, ਜਿਹੜਾ 12 ਤੋਂ ਬਾਅਦ ਦਾ ਸਮਾਂ ਹੈ, 12, 2, 1, 3, ਹੁਣ 4 'ਤੇ ਨਹੀਂ ਜਮਾਉਣਾ, ਨਹੀਂ ਪਤਾ ਲੱਗਾ ਵੀ ਤੁਸੀਂ ਕਹੋ ਵੀ 1 ਤੋਂ 2 ਤੇ ਆ ਗਿਆ, 2 ਤੋਂ 3 ਤੇ ਆ ਗਿਆ, 3 ਤੋਂ 4 ਤੇ ਆ ਗਿਆ, ਤੇ ਹੁਣ ਆਖੂ 5 ਵੀ ਨਹੀਂ। 4 ਤੋਂ ਬਾਅਦ ਅੰਮ੍ਰਿਤ ਪੀਰੀਅਡ ਅੰਮ੍ਰਿਤ ਵੇਲੇ ਦਾ ਨਹੀਂ ਲੈਂਦਾ, ਆਖੋ ਵਾਹਿਗੁਰੂ। 12 ਤੋਂ 3 ਦਾ ਜਿਹੜਾ ਪੀਰੀਅਡ ਆ, ਇਹਨੂੰ ਪਹਿਲਾ ਪੈਰ ਕਹਿੰਦੇ। ਕਿਹੜਾ ਜੀ? ਫਿਰ ਬੋਲੋ, ਇਹ ਪਹਿਲਾ ਪੈਰ ਆ, ਫਿਰ ਦੂਸਰਾ ਪੈਰ ਆ ਗਿਆ, ਫਿਰ ਤੀਸਰਾ ਪੈਰ ਆ ਗਿਆ, ਫਿਰ ਚੌਥਾ ਆ ਗਿਆ, 5ਵਾਂ ਆ ਗਿਆ, 6ਵਾਂ ਆ ਗਿਆ, 7ਵਾਂ ਆ ਗਿਆ, ਕਿੰਨੇ ਪੈਰ ਨੇ ਸਾਰੇ? 8 ਪੈਰ। 8 ਪੈਰ ਜਨ ਹਰ ਹਰ ਜਪੇ, ਹਰ ਕਾ ਭਗਤ ਪ੍ਰਗਟ ਨਹੀਂ ਛਪੇ। 8 ਪੈਰ ਨੇ। ਪਹਿਲੇ ਪੈਰ ਉੱਠ ਕੇ ਜੇ ਤੂੰ ਸਿੱਖ ਨੇ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ, ਨਾਮ ਨਹੀਂ ਜਪਿਆ, ਤੇ ਸਾਹਿਬ ਨੇ ਬਾਣੀ 'ਚ ਲਿਖ ਦਿੱਤਾ ਜੀਵਦੜੋ ਮੋਇਓ ਏ, ਇਹਦਾ ਅਰਥ ਕੀ ਹੈ? ਸਾਰੇ ਦੱਸੋ ਇੱਕ ਵਾਰ, ਤੂੰ ਜਿਉਂਦਾ ਹੀ ਮਰਿਆ ਪਿਆ ਹੈ। ਇੱਕ ਤੇ ਉਹ ਡੈਡ ਲੋਕ ਹੁੰਦੇ ਨਾ, ਮਰੇ ਹੁੰਦੇ ਆ, ਜਿਹਨਾਂ ਦੀ ਨਬਜ਼ ਨਹੀਂ ਚੱਲਦੀ, ਜਿਹਨਾਂ ਦਾ ਸਵਾਸ ਨਹੀਂ ਚੱਲਦਾ। ਇੱਥੇ ਲਿਖਿਆ ਜੀਵਦੜੋ, ਮਰਿਓ ਮਰਿਓ ਨਹੀਂ, ਜੀਵਦੜੋ ਮੋਇਓ। ਤੇਰੀ ਨਬਜ਼ ਚੱਲ ਰਹੀ ਆ, ਤੇਰੇ ਸਵਾਸ ਚੱਲ ਰਹੇ ਨੇ, ਤੇਰਾ ਸਭ ਕੁਛ ਚੱਲ ਰਿਹਾ, ਮਗਰ ਤੂੰ
ਜਿਹੜਾ ਅੰਮ੍ਰਿਤ ਵੇਲੇ ਵੀ ਤੈਨੂੰ ਪਤਾ ਨਹੀਂ ਲੱਗਾ, ਪਸ਼ੂ ਨੂੰ ਪਤਾ ਲੱਗ ਗਿਆ, ਦਰਖਤ ਨੂੰ ਪਤਾ ਲੱਗ ਗਿਆ, ਹਰ ਚੀਜ਼ ਨੂੰ ਪਤਾ ਲੱਗ ਗਿਆ ਵੀ ਅੰਮ੍ਰਿਤ ਵੇਲਾ ਹੋ ਗਿਆ, ਸਵੇਰ ਵੇਲੇ ਹੋ ਗਏ, ਅਤੇ ਜੇ ਤੂੰ ਨਹੀਂ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਇਸ਼ਨਾਨ ਕਰਕੇ ਸਿਮਰਨ ਕੀਤਾ ਅਤੇ ਤੂੰ ਜਿਉਂਦਾ ਮਰਿਆ, ਜੀਵੰਦੜੋ ਮੋਇਓ ਹੈ, ਜੈ ਤੈ ਰੱਬ ਵਸਾਰਿਆ ਤਾਂ ਰੱਬ ਨਾ ਵਿਸਰੇ ਹੋਏ। ਜੇ ਤੂੰ ਰੱਬ ਨੂੰ ਵਸਾਰਿਆ ਤਾਂ ਰੱਬ ਤੈਨੂੰ ਨਹੀਂ ਭੁੱਲਿਆ, ਜੇ ਰੱਬ ਭੁੱਲਿਆ ਹੁੰਦਾ ਤੇਰੇ ਸਵਾਸ ਬੰਦ ਕਰ ਦਿੰਦਾ, ਨਹੀਂ ਪਤਾ ਲੱਗਾ ਜੀ, ਤੈਨੂੰ ਪਤਾ ਲੱਗਾ ਬੇਟਾ ਕੀ ਕਿਹਾ ਮੈਂ ਭਲਾ, ਚਲੋ ਪੜ੍ਹ ਕੇ ਦੱਸ ਦਿਓ। ਮੈਂ ਕੀ ਕਹੂੰਗਾ ਬਾਹਰ ਜਾ ਕੇ ਵੀ ਮੇਰੀ ਧੀ ਰਾਣੀ ਜਿਹੜੀ ਸਭ ਤੋਂ ਅੱਗੇ ਬੈਠੀ ਵੱਡਾ ਜਿਗਰਾ ਕੱਢ ਕੇ, ਮੈਂ ਇਹ ਕਹਿ ਰਿਹਾ ਜੇ ਤੂੰ ਰੱਬ ਨੂੰ ਭੁੱਲਿਆ ਹੈ ਤਾਂ ਰੱਬ ਤੈਨੂੰ ਭੁੱਲਿਆ ਨਹੀਂ, ਜਿਸ ਤਰ੍ਹਾਂ ਤੂੰ ਰੱਬ ਨੂੰ ਵਸਾਰ ਕੇ ਭੁੱਲ ਕੇ ਸੌਂ ਗਿਆ, ਜੇ ਰੱਬ ਤੈਨੂੰ ਭੁੱਲ ਜਾਂਦਾ ਤਾਂ ਤੇਰੇ ਸਵਾਸ ਤੂੰ ਤਾਂ ਸੰਬੰਧ ਤੋੜਿਆ ਰੱਬ ਨੇ ਤੇਰੇ ਨਾਲੋਂ, ਤਾਂ ਨਹੀਂ ਨਾ ਤੋੜਿਆ ਸੰਬੰਧ ਕਿ ਰੱਬ ਨੇ ਵੀ ਤੋੜਤਾ, ਜੇ ਰੱਬ ਤੋੜ ਦਿੰਦਾ ਤਾਂ ਅਸੀਂ ਮਰ ਜਾਂਦੇ ਫਿਰ, ਕਿਉਂਕਿ ਬਿਜਲੀ ਦੀ ਤਾਰ ਕੱਟੀ ਗਈ, ਕਨੈਕਸ਼ਨ ਕੱਟਿਆ ਗਿਆ, ਅਤੇ ਜਿਹਦੇ ਨਾਲ ਕਨੈਕਸ਼ਨ ਕੱਟਿਆ ਗਿਆ ਉਹ ਡੈੱਡ ਹੋ ਗਿਆ, ਮਰ ਗਿਆ। ਮਹਾਰਾਜ ਨੇ ਸਾਡੇ ਨਾਲ ਸੰਬੰਧ ਨਹੀਂ ਤੋੜਿਆ, ਅਤੇ ਤੁਸੀਂ ਜੇ ਅੰਮ੍ਰਿਤ ਵੇਲੇ ਰੋਜ਼ ਉੱਠੋਗੇ, ਅੰਮ੍ਰਿਤ ਵੇਲੇ ਉੱਠ ਕੇ ਰੋਜ਼ ਰੱਬ ਦਾ ਨਾਮ ਜਪੋਗੇ, ਅਤੇ ਇੱਕ ਪਲਾਂਟ ਆ, ਇੱਕ ਮਰੀ ਹੋਈ ਜ਼ਿੰਦਗੀ 'ਚ ਅਤੇ ਜਿੰਦੀ ਜ਼ਿੰਦਗੀ 'ਚ ਬੁਨਿਆਦੀ ਫਰਕ ਆ। ਜਿਹੜਾ ਮਰਿਆ ਹੁੰਦਾ ਨਾ, ਇੱਕ ਬਨੌਟੀ ਫੁੱਲ ਤੁਸੀਂ ਵੇਖੇ ਕਦੀ, ਬਨੌਟੀ ਫੁੱਲ ਗੁਰਦੁਆਰੇ ਪਏ ਹੁੰਦੇ, ਤੁਹਾਡੇ ਘਰਾਂ 'ਚ ਵੀ ਪਏ ਹੋਣਗੇ, ਕੀ ਬਨੌਟੀ ਫੁੱਲ ਸਮਝਦੇ ਹੋ? ਤੁਸੀਂ 6 ਮਹੀਨੇ 7 ਮਹੀਨੇ 8 ਮਹੀਨੇ 1 ਸਾਲ 2 ਸਾਲ ਆਪਣੇ ਘਰ 'ਚੋਂ ਫੁੱਲ ਲਾ ਛੱਡੋ, ਉਹਦੇ 'ਚ ਕੋਈ ਨਵਾਂ ਪੱਤਾ ਨਿਕਲਦਾ? ਤੂੰ ਦੱਸ ਬੇਟਾ ਕਿਉਂ ਹੈ? ਉਹ ਨਹੀਂ ਨਹੀਂ ਜਿੰਦਾ ਨਹੀਂ, ਉਹਦੇ 'ਚ ਨਵਾਂ ਪੱਤਾ ਕਿਉਂ ਨਹੀਂ ਨਿਕਲਿਆ? ਨੋ 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 ਨੋ, ਮੇਰਾ ਇਹ ਉਹਦਾ ਕਿਤੇ ਥੱਲੇ ਜੜ ਨਹੀਂ ਹੈਗੀ, ਨਕਲੀ ਤਾਂ ਸਾਨੂੰ ਪਤਾ ਹੀ ਉਹ ਨਕਲੀ ਹੈ, ਉਹਦੇ 'ਚ ਜ਼ਿੰਦਗੀ ਤਾਂ ਨਹੀਂ ਆ ਰਹੀ, ਉਹਦੇ 'ਚ ਪੱਤੇ ਤਾਂ ਨਹੀਂ ਨਿਕਲ ਰਹੇ, ਕਿਉਂਕਿ ਜਿੱਥੋਂ ਪੱਤਿਆਂ ਨੂੰ ਸ਼ਕਤੀ ਮਿਲਣੀ ਆ ਉੱਥੇ ਉਹਦਾ ਸੰਬੰਧ ਨਹੀਂ ਜੁੜਿਆ। ਸਮਝਾ ਦਿਓਗੇ ਜੀ, ਪਤਾ ਲੱਗ ਜੂ, ਆਖੋ ਵਾਹਿਗੁਰੂ। ਉਸ ਬੂਟੇ ਦਾ ਸੰਬੰਧ ਧਰਤੀ ਨਾਲ, ਜੜ੍ਹਾਂ ਦਾ ਲਿੰਕ ਕੱਟਿਆ ਹੈ, ਉਹ ਕੇਵਲ ਇੱਕ ਬਨੌਟੀ ਬਣਾ ਕੇ ਰੱਖਿਆ। ਜਿਸ ਤਰ੍ਹਾਂ ਮੇਰੇ ਪੰਥ ਵਿੱਚ ਅੱਜ ਸਿੱਖੀ ਨਹੀਂ ਵੱਧ ਰਹੀ, ਨਵੇਂ ਸਿੱਖ ਬਣ ਰਹੇ ਹੁਣ, ਲੋਕ ਬੋਲੋ ਕਿੰਨੇ ਕੁ ਬਣ ਰਹੇ, ਗੋਰੇ ਭੱਜ ਭੱਜ ਕੇ ਸਿੱਖ ਅੰਮ੍ਰਿਤ ਛੱਕ ਰਹੇ ਨੇ, ਈਸਾਈ ਛੱਕ ਰਹੇ, ਮੁਸਲਮਾਨ ਛੱਕ ਰਹੇ, ਕਿਉਂ ਨਹੀਂ ਛੱਕ ਰਹੇ? ਕਿਉਂਕਿ ਉਹਨਾਂ ਨੂੰ ਅੱਗੇ ਜ਼ਿੰਦਗੀ ਵਾਲੇ ਦਿਸ ਨਹੀਂ ਰਹੇ, ਜ਼ਿੰਦਗੀ ਵਾਲੇ ਵੱਲੋਂ ਤਿੰਨਾਂ ਦੇਖ ਮਨ ਚਾਓ ਉੱਠਣਦਾ, ਕਿਸੇ ਵੱਲ ਵੇਖ ਕੇ ਮਨ 'ਚ ਚਾਅ ਚੜ੍ਹਦਾ ਵੀ ਮੈਂ ਵੀ ਇਸ ਤਰ੍ਹਾਂ ਦਾ ਬਣਾ, ਮੈਂ ਵੀ ਇਸ ਤਰ੍ਹਾਂ ਦਾ ਬਣਾ। ਤੁਹਾਡੇ 'ਚ ਜ਼ਿੰਦਗੀ ਨਹੀਂ ਮਿਲ ਰਹੀ ਲੋਕਾਂ ਨੂੰ ਹੁਣ, ਮੇਰੇ 'ਚ ਵੀ ਨਹੀਂ ਦਿਸ ਰਹੀ, ਆਖੋ ਵਾਹਿਗੁਰੂ। ਜੇ ਮੇਰੇ 'ਚ ਜ਼ਿੰਦਗੀ ਦਿਸਦੀ ਹੁੰਦੀ, ਮੇਰੇ 'ਚੋਂ ਖੁਸ਼ਬੂ ਆਉਂਦੀ, ਮੇਰੇ 'ਚ ਕੋਈ ਨਵਾਂਪਨ ਰੋਜ਼ ਆਉਣ ਡਿਆ ਹੁੰਦਾ, ਤਾਂ ਲੋਕ ਕਹਿੰਦੇ ਜਿੱਥੇ ਪਰਮਜੀਤ ਸਿੰਘ ਦੀ ਜੜ ਲੱਗੀ ਉੱਥੇ ਦਲਵਿੰਦਰ ਸਿੰਘ ਵੀ ਲਾਵੇ। ਨਹੀਂ ਪਤਾ ਲੱਗ ਰਿਹਾ ਵੀ ਪਰਮਜੀਤ ਸਿੰਘ ਰੋਜ਼ ਨਵੇਂ ਤੋਂ ਨਵਾਂ ਬਣਦਾ ਜਾ ਰਿਹਾ, ਇਹਦੇ 'ਚ ਕੁਝ ਨਾ ਕੁਝ ਨਵਾਂ ਰੋਜ਼ ਆ ਰਿਹਾ, ਇਹਦੀ ਜ਼ਿੰਦਗੀ ਰੋਜ਼ ਬਦਲ ਰਹੀ ਹੈ। ਸਿੱਧਾ ਹੋ ਕੇ ਬਹਿ ਪੜ, ਇਹਦੀ ਜ਼ਿੰਦਗੀ ਬੋਲੋ ਰੋਜ਼ ਬਦਲ ਰਹੀ, ਇਹਦੀ ਜ਼ਿੰਦਗੀ 'ਚ ਬਦਲਾਅ ਆ ਰਿਹਾ, ਅਤੇ ਅਸੀਂ ਵੀ ਉਸ ਤਰ੍ਹਾਂ ਕਰੀਏ ਜੋ ਪਰਮਜੀਤ ਸਿੰਘ ਕਰ ਰਿਹਾ। ਸਾਡੇ ਸਰੂਪ ਹੈਗੇ ਆ, ਬਾਣੇ ਹੈਗੇ ਆ, ਸਭ ਕੁਝ ਵੇਖਣ ਨੂੰ ਚੰਗਾ ਲੱਗ ਰਿਹਾ, ਮਗਰ ਸਾਡੀ ਜ਼ਿੰਦਗੀ 'ਚ ਕੁਝ ਨਾ ਕੁਝ ਨਵਾਂ ਜੋ ਵਾਪਰਦਾ ਉਹ ਨਹੀਂ ਵਾਪਰਦਾ। ਜੋ ਅੱਜ ਤੋਂ 35 ਸਾਲ 40 ਸਾਲ ਪਹਿਲਾਂ ਅਸੀਂ ਗੱਲਾਂ ਸੁਣੀਆਂ ਸੀ, ਅੱਜ ਵੀ ਉਹੀ ਢੋ ਰਹੇ ਹਾਂ। ਮਹਾਂਪੁਰਸ਼ ਇਹ ਕੁਝ ਕਹਿੰਦੇ ਸੀ, ਮਹਾਂਪੁਰਸ਼ ਇਹ ਕੁਝ ਕਹਿੰਦੇ ਸੀ, ਅਸੀਂ ਉਹ ਗੱਲਾਂ ਢੋ ਰਹੇ ਹਾਂ। ਤੂੰ ਕੀ ਕਹਿ ਰਿਹਾ ਅੱਜ ਮਹਾਂਪੁਰਸ਼ਾਂ ਦੇ ਕਿਹਾ, ਤੂੰ ਕੀ ਕਹਿ ਰਿਹਾ, ਤੇਰੀ ਜ਼ਿੰਦਗੀ 'ਚੋਂ ਕੁਝ ਕਿਸੇ ਨੂੰ ਕੀ ਮਿਲ ਰਿਹਾ, ਤੇਰੀ ਜ਼ਿੰਦਗੀ 'ਚੋਂ ਕਿੰਨੀ ਖੁਸ਼ਬੂ ਮਿਲ ਰਹੀ ਕਿਸੇ ਨੂੰ? ਸਮਝ ਰਹੇ ਹੋ? ਆਖੋ ਵਾਹਿਗੁਰੂ। ਇੱਕ ਜਿਹੜਾ ਟੁੱਟਾ ਹੋਇਆ ਬਨੌਟੀ ਫੁੱਲ ਆ, ਉਹਦੇ ਵਿੱਚ ਕੋਈ ਜ਼ਿੰਦਗੀ ਨਹੀਂ, ਉਹਦੇ ਪੱਤੇ 6 ਮਹੀਨੇ ਪਹਿਲੋਂ ਸੀ ਉਨੇ ਹੀ ਸੀ, ਉਹਦਾ ਸਰੂਪ ਉਸ ਤਰ੍ਹਾਂ ਦਾ ਸੀ, 6 ਮਹੀਨੇ ਬਾਅਦ ਵੀ ਵੇਖਿਓ। ਅਕਸਰ ਇਹ ਬਨੌਟੀ ਫੁੱਲ ਗੁਰੂ ਸਾਹਿਬ ਦੇ ਅੱਗੇ ਰੱਖੇ ਨੇ, ਨਹੀਂ ਪਤਾ ਲੱਗ ਰਿਹਾ ਜੀ? ਚੰਗੀ ਤਰ੍ਹਾਂ ਪੀਣ ਵਾਲੀ ਬਚਨ ਸਮਝਣ ਵਾਲੀ ਗੱਲ ਹੈ, ਇਹ ਬਨੌਟੀ ਜਿੰਨੇ ਫੁੱਲ ਨੇ ਕਿਹਦੇ ਅੱਗੇ ਰੱਖੇ? ਇਹ ਕੀ ਖਬਰ ਦਿੰਦੇ ਆ, ਇਹ ਕੀ ਨਿਊਜ਼ ਦੇ ਰਹੇ ਨੇ ਫੁੱਲ, ਕੀ ਖਬਰ ਦੇ ਰਹੇ? ਇਹ ਖਬਰ ਦੇ ਰਿਹਾ ਜਿਸ ਤਰ੍ਹਾਂ ਇਹਨਾਂ ਫੁੱਲਾਂ ਵਿੱਚ ਕੋਈ ਜ਼ਿੰਦਗੀ ਨਹੀਂ ਅਤੇ ਤੇਰੇ ਅੱਗੇ ਅਸੀਂ ਸੁਭਾਏਮਾਨ ਕੀਤੇ ਨੇ, ਇਸ ਤਰ੍ਹਾਂ ਜਿੰਨੇ ਅਸੀਂ ਸੰਗਤ 'ਚ ਬੈਠੇ ਹਾਂ, ਨੋਟ ਕਰੋ, ਸਾਡੇ 'ਚ ਵੀ ਕੋਈ ਜ਼ਿੰਦਗੀ ਨਹੀਂ। ਇਹਨਾਂ ਬਨੌਟੀ ਫੁੱਲਾਂ ਨੂੰ ਇੱਥੋਂ ਚੁੱਕ ਕੇ ਉੱਥੇ ਰੱਖਿਆ ਜਾ ਸਕਦਾ ਹੈ, ਸਾਨੂੰ ਗੁਰਦੁਆਰੇ ਨੂੰ ਤੋੜ ਕੇ ਕਿਸੇ ਬਾਬੇ ਨਾਲ ਜੋੜਿਆ ਜਾ ਸਕਦਾ ਹੈ? ਨਹੀਂ ਪਤਾ ਲੱਗਦਾ ਤੁਲੀ ਸਭ ਤੁਹਾਨੂੰ ਲੱਗਾ ਹੈ?
ਅਖਵੇ ਗੁਰੂ ਧੰਨ ਦਰਵਿੰਦਰ ਸਿੰਘ ਜਿਸ ਤਰ੍ਹਾਂ ਬਨੌਟੀ ਫੁੱਲ ਦਾ ਗੁਲਦਸਤਾ ਜਿਹਾ ਬਣਿਆ ਹੁੰਦਾ ਅਤੇ ਇੱਥੇ ਇੱਥੇ ਅੱਜ ਪਿਆ ਹੈ ਅਤੇ ਕੱਲ੍ਹ ਚੁੱਕ ਕੇ ਉੱਥੇ ਰੱਖਿਆ ਜਾ ਸਕਦਾ। ਇਸ ਤਰ੍ਹਾਂ ਬਨੌਟੀ ਸਿੱਖ ਜਿਹਦੀ ਗੁਰੂ ਨਾਲ ਜੜ ਨਹੀਂ ਜੁੜੀ, ਅੱਜ ਗੁਰਦੁਆਰੇ ਆਉਣ ਡਿਆ, ਕੱਲ੍ਹ ਨੂੰ ਕਿਸੇ ਬਾਬੇ ਕੋਲ ਜਾ ਰਿਹਾ, ਅਖਵੇ ਗੁਰੂ ਉੱਥੇ ਵੀ ਕੱਲ੍ਹ ਨੂੰ ਕੁਝ ਨਹੀਂ, ਉੱਥੋਂ ਚੁੱਕ ਕੇ ਤੀਸਰੇ ਥਾਂ ਜਾ ਰਿਹਾ। ਜਿਹੜੇ ਅਸਲੀ ਲੱਗੇ ਹੁੰਦੇ ਨਾ ਬੂਟੇ ਅਸਲੀ, ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਹਟਾਉਣ ਲਈ ਉਹਦੀ ਜੜ ਘੁੱਟਣੀ ਪੈਂਦੀ, ਜੜ ਸਮੇਤ ਉਹਨੂੰ, ਅਤੇ ਉਹ ਜਦੋਂ ਇੱਕ ਜਗ੍ਹਾ ਤੋਂ ਪੁੱਟ ਕੇ ਦੂਸਰੀ ਜਗ੍ਹਾ 'ਤੇ ਲਾਈਦਾ ਤਾਂ ਕਮਲਾ ਜਾਂਦਾ ਹੈ। ਪਤਾ ਲੱਗ ਰਿਹਾ, ਇੱਕ ਜਗ੍ਹਾ ਤੋਂ ਪੁੱਟ ਕੇ ਦੂਸਰੀ ਜਗ੍ਹਾ 'ਤੇ ਲਾਈਏ ਉਹਨੂੰ ਤਾਂ ਪਲਾਂਟ ਕਮਲਾ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਸਿੱਖ, ਤੈਨੂੰ ਸੁਸਤੀ ਪੈਣ ਲੱਗ ਪਈ, ਅੱਛਾ ਧਿਆਨ ਨਾਲ ਸੁਣੋ, ਧਿਆਨ ਨਾਲ ਮੇਰੇ ਕੋਲ ਇੰਨੇ ਇਕਾਗਰਤਾ ਨਾ ਵੀ ਤੇਰੇ ਵਰਗਾ ਸਿਆਣਾ ਬੱਚਾ ਦੱਸਾਂ ਹੋਰ ਨੂੰ ਸਮਝਾਊਗਾ, ਸਮਝਣ ਦੀ ਕੋਸ਼ਿਸ਼ ਕਰੋ। ਉਹ ਨਕਲੀ ਸੀ, ਉਹਨੂੰ ਕੋਈ ਫਰਕ ਨਹੀਂ ਪਿਆ, ਨਾ ਉਹਦੇ 'ਚ ਪੱਤੇ ਨਿਕਲੇ। ਅਸੀਂ ਇਸ ਤਰ੍ਹਾਂ ਦੇ ਸਿੱਖ ਬਣੀਏ ਵੀ ਸਾਡੇ 'ਚ ਰੋਜ਼ ਨਵੇਂ, ਜਿਹੜਾ ਬੂਟਾ, ਇੱਕ ਬੂਟਾ ਉਹ ਆ ਜਿਹਦੀ ਜੜ ਕਿਤੇ ਨਹੀਂ, ਇੱਕ ਬੂਟਾ ਉਹ ਆ ਜਿਹਨੂੰ ਧਰਤੀ 'ਚ ਲਾਇਆ। ਤੁਸੀਂ ਹੁਣ ਨੀਂਝ ਨਾਲ ਉਸ ਬੂਟੇ ਨੂੰ ਵੇਖਣਾ ਜਿਹੜਾ ਧਰਤੀ 'ਚ ਲੱਗਾ, ਜਿਸ ਤਰ੍ਹਾਂ ਦਾ ਕੱਲ੍ਹ ਸੀ ਅੱਜ ਉਸ ਤਰ੍ਹਾਂ ਦਾ ਨਹੀਂ। ਹਾਜ਼ਰ ਜੇ, ਜਿਸ ਤਰ੍ਹਾਂ ਦਾ ਕੱਲ੍ਹ ਸੀ ਅੱਜ ਉਸ ਤਰ੍ਹਾਂ ਦਾ ਨਹੀਂ। ਅਖੋ ਵਾਹਿਗੁਰੂ, ਜੋ ਉਹਦੀ ਕੱਲ੍ਹ ਬਨਾਵਟ ਸੀ ਅੱਜ ਨਹੀਂ, ਕੱਲ੍ਹ ਉਹਦੇ 'ਚ ਤਿੰਨ ਪੱਤੇ ਸੀ ਅੱਜ ਚਾਰ ਹੋ ਗਏ। ਉਹ ਨਕਲੀ ਦੇ ਤਿੰਨ ਦੇ ਤਿੰਨ ਹੀ ਰਹੇ, ਮਗਰ ਜਿਹੜਾ ਥੱਲਿਓਂ ਧਰਤੀ ਉਹਨੂੰ ਪਾਵਰ ਦੇ ਰਹੀ, ਧਰਤੀ ਉਹਨੂੰ ਪਾਵਰ ਦੇ ਰਹੀ, ਅਤੇ ਧਰਤੀ ਪਾਵਰ ਦੇ ਕੇ ਉਹਦੇ 'ਚ ਬਦਲਾਓ ਲਿਆ ਰਹੀ, ਚੇਂਜਿੰਗ ਲਿਆ ਰਹੀ ਉਹਦੇ ਵਿੱਚ। ਤੁਸੀਂ ਕਦੀ ਨਹੀਂ ਸੋਚਦੇ ਮੇਰੀ ਜ਼ਿੰਦਗੀ 'ਚ ਕੋਈ ਬਦਲਾਅ ਨਹੀਂ ਆਇਆ। ਸੋਚੋ, ਸੋਚੋ ਗੁਰੂ ਕਿਉਂ ਸਿੱਖੋ, ਮੈਂ ਵੀ ਸੋਚਦਾ, ਤੁਸੀਂ ਵੀ ਸੋਚੋ। ਸੰਸਕਾਰ ਮੈਂ ਪਿਛਲੇ ਢੋ ਰਿਹਾ, ਇੰਨੇ ਸਾਲ ਪਹਿਲਾਂ ਜਿਹਨੇ ਕਿਤਾਬ ਲਿਖੀ ਉਹਨੇ ਉਹਦੇ ਕਿਤਾਬ 'ਚ ਇਹ ਲੁਕਿਆ, ਮੈਂ ਕਿਤਾਬ ਨਾਲ ਨਾ ਜੁੜਾਂ, ਮੈਂ ਸਹਿਬ ਮੇਰਾ ਨੀਤ ਨਵਾਂ। ਬੋਲੋ ਸਹਿਬ ਮੇਰਾ, ਕਿ ਕਿਸੇ ਕਿਤਾਬ ਨੂੰ ਵੀ ਕਹਿ ਦਿਓ ਕਿ ਨਿੱਤ ਨਵੀਂ ਹੈ। ਮੈਂ ਗੁਰੂ ਨਾਲ ਜੁੜਾਂ, ਕਿਉਂਕਿ ਗੁਰੂ ਨਿੱਤ ਬਦਲ ਰਿਹਾ। ਆਖੋ ਵਾਹਿਗੁਰੂ, ਗੁਰੂ ਉਹਦੇ ਸੱਚ ਦੇ ਰੂਪ ਬਦਲ ਰਹੇ ਨੇ, ਉਹਦੇ ਸੱਚ ਦੀ ਤਸਵੀਰ ਬਦਲ ਰਹੀ ਹੈ। ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। ਤੁਸੀਂ ਸਹਿਬ ਨੀਤ ਨਵੇਂ ਨਾਲ ਜਿਸ ਤਰ੍ਹਾਂ ਬੂਟੇ ਨੂੰ ਇੱਥੋਂ ਚੁੱਕ ਕੇ ਧਰਤੀ 'ਚ ਲਾ ਦਿੱਤਾ, ਹੁਣ ਧਰਤੀ ਉਹਨੂੰ ਨਵਾਜ ਰਹੀ, ਜਿਹਦੇ ਨਾਲ ਉਹ ਜੁੜਿਆ ਨਾ ਜਾ ਕੇ ਵੀ ਮੈਂ ਤੇਰੀ ਗੋਦ 'ਚ ਬਹਿ ਗਿਆ। ਬੂਟਾ ਕਹਿੰਦਾ ਮੈਂ ਤੇਰੀ, ਸਮਝ ਰਿਹਾ ਕੀ ਹੈ, ਲਾਸਟ ਦੱਸ ਦਿਓ ਵੀ ਬੂਟਾ ਕਹਿੰਦਾ ਵੀ ਮੈਂ ਪਹਿਲੇ ਜਿੱਥੇ ਲੱਗਾ ਸਾਂ, ਨਿੱਕੇ ਜਿਹੇ ਗਮਲੇ 'ਚ ਲੱਗਾ ਸਾਂ, ਮੈਂ ਗਮਲੇ 'ਚੋਂ ਆਪਣੇ ਆਪ ਨੂੰ ਚੁੱਕਿਆ, ਗਮਲਾ ਹੁੰਦਾ ਜਿਹਦੇ 'ਚ ਨਿੱਕੇ ਨਿੱਕੇ ਸੀਡ ਬੀਜੇ ਹੁੰਦੇ, ਉਹਦੇ 'ਚੋਂ ਚੁੱਕ ਕੇ ਧਰਤੀ 'ਚ ਗੱਡਿਆ ਮੈਂ ਆਪਣੇ ਆਪ ਨੂੰ, ਅਤੇ ਮੈਂ ਤੇਰੀ ਗੋਦ ਵਿੱਚ ਆਪਣੀ ਮਾਂ ਛੱਡ ਕੇ, ਆਪਣੀ ਧਰਤੀ ਛੱਡ ਕੇ, ਆਪਣੀ ਮੱਤ ਛੱਡ ਕੇ, ਮੈਂ ਤੇਰੇ ਘਰ 'ਚ ਆਣ ਕੇ ਆਪਣੇ ਆਪ ਨੂੰ ਗੱਡ ਲਿਆ, ਮੈਂ ਤੇਰੇ ਨਾਲ ਆਪਣੇ ਆਪ ਨੂੰ ਜੋੜ ਲਿਆ। ਜਿਸ ਤਰ੍ਹਾਂ ਬੂਟਾ ਕਹਿੰਦਾ ਵੀ ਮੈਂ ਇੱਥੋਂ ਉੱਠਿਆ ਅਤੇ ਤੇਰੇ ਕੋਲ ਆ ਗਿਆ, ਅਤੇ ਧਰਤੀ ਕਹਿੰਦੀ ਜੇ ਤੂੰ ਨਾ ਤਾਂ ਮੈਂ ਤੈਨੂੰ ਫਲ ਤੱਕ ਲੈ ਕੇ ਜਾਊਂਗੀ। ਨਹੀਂ ਪਤਾ ਲੱਗ ਰਿਹਾ ਜੀ, ਮੈਂ ਤੈਨੂੰ ਪਤਾ ਵੀ ਲੱਗ ਰਿਹਾ ਜੀ, ਵੈਸੇ ਤੁਹਾਨੂੰ ਪੰਜਾਬੀ ਆਉਂਦੀ ਤਾਂ ਕਰਕੇ ਸਿਰ ਸੁਰ ਲਾਉਂਦੇ ਹੋ, ਅੰਮ੍ਰਿਤਸਰ ਵਾਲਾ ਸਾਰਿਆਂ ਨੂੰ ਲੱਗ ਰਿਹਾ। ਮੈਂ ਚਾਹੁੰਦਾ ਸਾਰਿਆਂ ਨੂੰ ਲੱਗੇ, ਮੇਰਾ ਮਕਸਦ ਇਹ ਆ ਵੀ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਲੱਗੇ, ਬੜੀ ਡੀਪਲੀ ਆ ਜਿੱਥੇ ਗੱਲ ਜਾ ਕੇ ਹੁਣ ਖਲੋਣੀ ਆ। ਆਖੋ ਵਾਹਿਗੁਰੂ ਵੀ ਬੂਟੇ ਨੇ ਉੱਥੇ ਜਾ ਕੇ ਲਾਇਆ, ਉਹਨੇ ਕਿਹਾ ਮਾਂ ਮੈਂ ਤੇਰੇ ਕੋਲ ਲੱਗ ਗਿਆ, ਮੈਂ ਆਪਣਾ ਘਰ ਨਿੱਕਾ ਛੱਡ ਆਇਆ ਅਤੇ ਵੱਡੇ ਘਰ 'ਚ ਆ ਗਿਆ। ਇੱਕ ਗਮਲਾ ਕੀ ਸੀ, ਇੰਨੀ ਇੰਨੀ ਕੁ ਜਗ੍ਹਾ, ਪਤਾ ਲੱਗ ਰਿਹਾ। ਅਤੇ ਮੈਂ ਉਹਨਾਂ ਦਾਇਰਾ ਜਿਹੜਾ ਸੀ ਨਾ, ਦਾਇਰੇ 'ਚ ਮੈਂ ਬੰਦ ਸਾਂ, ਮੈਂ ਦਾਇਰਾ ਛੱਡ ਕੇ ਵੱਡੀ ਧਰਤੀ ਨਾਲ ਸੰਬੰਧ ਜੋੜ ਲਿਆ। ਜਿੱਦਾਂ ਤੁਸੀਂ ਇਸ ਮਾਂ ਪਿਓ ਨੂੰ ਛੱਡ ਕੇ, ਦੁਨਿਆਵੀ ਮਾਂ ਪਿਓ ਦੀ ਮੱਤ ਛੱਡ ਕੇ, ਦੁਨੀਆਂ ਦੀ ਮੱਤ ਛੱਡ ਕੇ ਗੁਰੂ ਰੂਪੀ ਮਾਂ ਕੋਲ ਜਾਓਗੇ, ਵੱਡੇ ਵਿਸ਼ਾਲ ਗੁਰੂ ਕੋਲ ਜਾਓਗੇ, ਅਤੇ ਗੁਰੂ ਤੁਹਾਨੂੰ ਨਵਾਜੂ। ਜਿਸ ਤਰ੍ਹਾਂ ਇੱਕ ਪਲਾਂਟ ਨੂੰ ਨਵਾਜਦੀ ਧਰਤੀ, ਨਵੇਂ ਤੋਂ ਨਵੇਂ ਬੂਟੇ ਨਿਕਲਦੇ, ਨਵੇਂ ਤੋਂ ਨਵੇਂ ਫਲ ਲੱਗਦੇ, ਇਸ ਤਰ੍ਹਾਂ ਗੁਰੂ ਵੀ ਧਰਤੀ ਆ, ਉਹ ਧਰਤੀ ਬੀਜਦੀ ਆ, ਕਰਮ ਦੀ ਧਰਤੀ ਆ। ਧਿਆਨ ਦਿਓ, ਜਿਹੜੀ ਆਹ ਧਰਤੀ ਹੈ ਇਹ ਕੀ ਹੈ, ਇਹ ਕਰਮ ਧਰਤੀ, ਆਹ ਸਰੀਰ ਵੀ ਕਰਮ ਧਰਤੀ ਹੈ। ਜਿਹੜਾ ਸਤਿਗੁਰੂ ਹੈ ਨਾ, ਉਹਦੇ ਬਾਰੇ ਲਿਖਿਆ ਸਤਿਗੁਰ ਧਰਤੀ ਧਰਮ ਹੈ। ਬੋਲੋ, ਸਤਿਗੁਰੂ ਕਾਹਦੀ ਧਰਤੀ ਹੈ, ਧਰਮ ਦੀ।
ਜਿੱਦਾਂ ਇਸ ਤਰ੍ਹਾਂ ਕਰਮ ਕਰੀਏ, ਜੇ ਖੰਡ ਬੀਜੀਏ ਤਾਂ ਖੰਡ ਲੱਗਦੀ ਆ, ਜੇ ਖਾਂ ਗੰਨਾ ਬੀਜੀਏ ਤਾਂ ਖੰਡ ਪੈਦਾ ਹੋ ਜਾਂਦੀ, ਕਣਕ ਬੀਜੀਏ ਤਾਂ ਕਣਕ ਪੈ ਜਾਂਦੀ। ਇਹ ਕਰਮ ਧਰਤੀ ਹੈ ਵੀ ਜਿਹੋ ਜਿਹਾ ਕਰਮ ਕਰੋਗੇ ਉਹੋ ਜਿਹਾ ਫਲ ਪੱਟੋਗੇ। ਇਸ ਧਰਤੀ ਦੇ ਵਿੱਚ ਸਤਿਗੁਰੂ ਨਾਲ ਜਿੱਦਾਂ ਤੁਹਾਡੀ ਸੁਰਤ ਦਾ ਬੀਜ ਚਲੇ ਗਿਆ, ਇਹਦੇ ਵਿੱਚ ਜੋ ਲੱਗਣਾ ਹੈ ਇਹਨੂੰ ਧਰਮ ਦੇ ਫਲ ਲੱਗਣੇ, ਇਹਨੂੰ ਪਰ ਪਕਾਰ ਦੇ ਫਲ ਲੱਗਣੇ, ਇਹਦੇ 'ਚ ਚੰਗੇ ਗੁਣ ਪੈਦਾ ਹੋਣੇ, ਇਹਦੇ 'ਚ ਪਰ ਪਕਾਰੀ ਸੁਭਾਅ ਪੈਦਾ ਹੋਣਾ। ਮਗਰ ਉਸ ਬੀਜ ਨੂੰ ਹੁਣ ਇੱਥੇ ਆ ਕੇ ਸਮਾਪਤੀ ਕਰਦਾ, ਉਸ ਬੀਜ ਨੂੰ ਸਿਰੇ 'ਤੇ ਲਿਆਉਣ ਲਈ ਧਿਆਨ ਦਿਓ। ਉਸ ਬੀਜ ਨੂੰ ਜਿਹੜਾ ਬੀਜਿਆ ਇੱਥੋਂ ਪੁੱਟ ਕੇ ਉੱਥੇ ਉਹਨੂੰ ਫਲ ਲਵਾਉਣ ਤੱਕ ਉਹਦੇ ਲਈ ਇੱਕ ਸੀਜ਼ਨ ਆ। ਜਿਹੜੇ ਤੁਸੀਂ ਜ਼ਿਮੀਂਦਾਰਾਂ ਦੇ ਬੱਚੇ ਹੋਵੋਗੇ, ਤੈਨੂੰ ਪਤਾ ਹੋਊਗਾ ਝੋਨਾ ਬੀਜਣ ਦਾ ਆਪਣਾ ਸੀਜ਼ਨ ਆ, ਕਣਕ ਬੀਜਣ ਦਾ ਆਪਣਾ ਸੀਜ਼ਨ ਆ, ਗੰਨਾ ਬੀਜਣ ਦਾ ਆਪਣਾ ਸੀਜ਼ਨ ਆ। ਨਾਮ ਬੀਜਣ ਦਾ ਇੱਕ ਸੀਜ਼ਨ ਹੈ ਜਿਹਨੂੰ ਕਹਿੰਦੇ ਅੰਮ੍ਰਿਤ ਵੇਲਾ। ਕੀ ਕਹਿੰਦੇ ਜੀ? ਬੋਲੋ ਬੋਲੋ। ਨਾਮ ਬੀਜਣ ਦਾ ਸੀਜ਼ਨ ਕੀ ਹੈ? ਚਿੱਤਰਾ ਕਣਕ ਸਰਦੀ ਸ਼ੁਰੂ ਹੋਣ ਦੇ ਵੇਲੇ ਆਪਾਂ ਬੀਜਦੇ ਹਾਂ ਅਤੇ ਐਡੀ ਛੇਤੀ ਉਗ ਖਲੋਂਦੀ, ਉਸ ਪੀਰੀਅਡ ਨੂੰ ਨਾ ਗਰਮੀ ਅਤੇ ਨਾ ਸਰਦੀ ਦੀ ਉਦੋਂ ਜ਼ਰੂਰਤ ਹੁੰਦੀ ਆ। ਉਦੋਂ ਇਸ ਤਰ੍ਹਾਂ ਦਾ ਮੌਸਮ ਚਾਹੀਦਾ ਨਾ ਜਿਹਦੇ 'ਚ ਗਰਮੀ ਹੋਵੇ ਅਤੇ ਨਾ ਜਿਹਦੇ 'ਚ। ਉਹ ਸਿੰਘ ਹੰਗਲਾ ਰਿਹਾ, ਉਹ ਸੌਂ ਗਿਆ। ਉਹ ਨਾ ਪੁੱਤ ਨਾ ਪੁੱਤ ਮੇਰੇ ਲਾਲ, ਅੱਖ ਵਾਹਿਗੁਰੂ ਪੂਰਾ ਹੀ ਹੋਰ ਲੱਗ ਰਿਹਾ ਯਾਰ, ਇਸ ਤਰ੍ਹਾਂ ਨਾ ਕਰ। ਹੁਣ ਮੈਂ ਨਾ ਨਹੀਂ ਲੈਂਦਾ, ਅੱਖ ਵਾਹਿਗੁਰੂ ਨਾ ਮੈਂ ਤੁਹਾਡੀ ਟੈਨਸ਼ਨ ਉੱਤੇ ਖੜਦਾ ਵੀ ਤੁਸੀਂ ਉਹਨੂੰ ਆਖੋ ਤੂੰ ਸੌਂ ਗਿਆ ਸੈਂ, ਉਹਨੂੰ ਪਤਾ ਲੱਗ ਗਿਆ, ਸਚੇਤ ਹੋ ਗਿਆ ਉਸ ਵੇਲੇ। ਨਾ ਇਸ ਤਰ੍ਹਾਂ ਨਾ ਕਰੋ, ਤੁਸੀਂ ਮੈਨੂੰ ਸੱਦਿਆ ਸਵੇਰ ਦਾ, ਸ਼ਾਮ ਦੇ, ਦੁਪਹਿਰ ਦੇ ਸਪਿਰਿਟ ਵਿੱਚੋਂ ਤੁਹਾਡੇ ਮੈਂ ਚਰਨ ਚਾੜਨ ਆਇਆ, ਮੈਂ ਕੋਈ ਗਿਆਨੀ ਨਹੀਂ। ਤੁਸੀਂ ਇਹ ਨਾ ਕਹਿਣਾ ਵੀ ਮੈਂ ਬੜਾ ਵਿਦਵਾਨ ਹਾਂ ਅਤੇ ਕੋਈ ਵਿਦਵਤਾ ਘੋਟਣ ਡਿਆ ਤੁਹਾਡੇ 'ਤੇ। ਜੋ ਮੇਰਾ ਅਨੁਭਵ ਹੈ, ਅੱਖ ਵਾਹਿਗੁਰੂ, ਜੋ ਬਾਣੀ ਵਿੱਚੋਂ ਮੈਨੂੰ ਤਸਵੀਰ ਦਿਸ ਰਹੀ, ਮੈਂ ਉਹ ਆਪ ਜੀ ਦੇ ਸਾਹਮਣੇ ਰੱਖ ਰਿਹਾ ਵੀ ਜਿੱਦਣ ਬੂਟੇ ਨੂੰ ਬੀਜਣਾ ਹੁੰਦਾ, ਨਾ ਉਹਨੂੰ ਸਰਦੀ ਚਾਹੀਦੀ, ਨਾ ਉਹਨੂੰ ਗਰਮੀ ਚਾਹੀਦੀ। ਜਦੋਂ ਇਹ ਲਾਉਣਾ ਹੈ, ਜਦੋਂ ਕਣਕ ਦਾ ਬੀਜਾ ਲਾਉਣਾ, ਅਤੇ ਕਣਕ ਦੇ ਬੀਜ ਵੇਲੇ ਉਹ ਸਮਾਂ ਹੁੰਦਾ ਹੈ ਜਦੋਂ ਗਰਮੀ ਜਾ ਰਹੀ ਹੁੰਦੀ ਹੈ ਅਤੇ ਸਰਦੀ ਆ ਰਹੀ ਹੁੰਦੀ। ਇੱਥੇ ਵੀ ਰਾਤ ਜਾ ਰਹੀ ਹੈ ਅਤੇ ਦਿਨ ਆ ਰਿਹਾ ਅੰਮ੍ਰਿਤ ਵੇਲੇ। ਉਸ ਪੀਰੀਅਡ ਵਿੱਚ, ਉਸ ਪੀਰੀਅਡ ਵਿੱਚ ਧਿਆਨ ਦਿਓ ਜੀ, ਉਸ ਪੀਰੀਅਡ ਵਿੱਚ ਜਦੋਂ ਕੋਈ ਅੰਮ੍ਰਿਤ ਵੇਲੇ ਉੱਠਦਾ ਹੈ, ਇਸ਼ਨਾਨ ਕਰਦਾ ਹੈ, ਉਸ ਮੱਧ ਦਾ ਸਮਾਂ ਜਿਹੜਾ ਹੈ ਇਹਨੂੰ ਨਾਮ ਜਪਣ ਵਿੱਚ ਬੜਾ ਸਹਾਈ ਹੁੰਦਾ। ਉਸ ਵੇਲੇ ਦਾ ਜਪਿਆ ਫਿਰ ਤੁਸੀਂ ਸਾਰਾ ਦਿਨ ਜਿੱਥੇ ਬੈਠੋਗੇ, ਇਹ ਗਰੰਟੀ ਦੇ ਬਚਨ ਜੇ ਜਿੱਦੋਂ ਤੁਸੀਂ ਅੰਮ੍ਰਿਤ ਵੇਲਾ ਸੰਭਾਲਿਆ ਹੋਊਗਾ, ਤੁਸੀਂ ਕਿਸੇ ਭਰਾ ਨੂੰ ਮਿਲੋਗੇ ਤੁਹਾਡੇ ਮੂੰਹ ਚੋਂ ਵਾਹਿਗੁਰੂ ਨਿਕਲੋ, ਤੁਸੀਂ ਕਿਸੇ ਦੋਸਤ ਨੂੰ ਮਿਲੋਗੇ ਤੁਹਾਡੇ ਮੂੰਹ ਚੋਂ ਵਾਹਿਗੁਰੂ ਨਿਕਲੋ, ਤੁਸੀਂ ਬਹਿਣ ਲੱਗੋਗੇ ਤੁਹਾਡੇ ਮੂੰਹ ਚੋਂ ਵਾਹਿਗੁਰੂ ਨਿਕਲੋ, ਉੱਠਣ ਲੱਗੋਗੇ ਤਾਂ ਵੀ ਵਾਹਿਗੁਰੂ, ਕਿਉਂਕਿ ਸਵੇਰ ਦਾ ਤੁਸੀਂ ਬੀਜਿਆ। ਸਵੇਰ ਦਾ ਤੁਸੀਂ ਜੇ ਸਵੇਰ ਦਾ ਬੀਜਿਆ ਹੈ ਨਾ, ਤੇ ਉਹ ਸਾਰਾ ਦਿਨ ਤੁਸੀਂ ਭਗਤ ਖਾਏ ਖਰਚ ਰਹੇ, ਬੋਲੋ ਨਖੁੱਟੇ ਨਾ ਹੀ, ਨਖੁੱਟੇ ਨਾ ਹੀ, ਸਾਰਾ ਦਿਨ ਤੁਸੀਂ ਘੰਟਾ ਨਾਮ ਜਪ ਲਓ, ਦਿਨੇ ਜਪ ਲਓ, ਅੱਖ ਵਾਹਿਗੁਰੂ। ਤੁਸੀਂ ਹੁਣ ਇੱਥੇ ਘੰਟਾ ਮਾਰ ਕੇ, ਹੁਣ ਦਿਨ ਦੇ ਟਾਈਮ 2 ਵਜੇ ਚੱਲੇ ਨੇ, 2:30 ਵਜੇ ਚੱਲੇ, ਇਸ ਵੇਲੇ ਘੰਟਾ ਜਪੋਗੇ ਨਾ, ਉਹ 24 ਘੰਟੇ ਕੰਮ ਨਹੀਂ ਦੇਣਾ, ਨਹੀਂ ਪਤਾ ਲੱਗਾ, ਉਹ 24 ਘੰਟੇ ਤੁਹਾਨੂੰ ਵਾਹਿਗੁਰੂ ਵਾਹਿਗੁਰੂ ਨੇ ਮੂੰਹ 'ਚੋਂ ਨਿਕਲਣਾ। ਜਿਹੜਾ ਅੰਮ੍ਰਿਤ ਵੇਲੇ ਦਾ ਜਪਿਆ ਉਹ ਤੁਹਾਡੀ ਚੇਤਨਤਾ 'ਚ ਉਤਰਿਆ, ਉਹ ਤੁਹਾਡੇ ਧੁਰ ਅੰਦਰ ਉਤਰਿਆ, ਕਿਉਂਕਿ ਉਦੋਂ ਤੁਹਾਡੀ ਵਿਚਾਰਾਂ ਦੀ ਧਰਤੀ ਜਿਹੜੀ ਅੰਦਰ ਸੁਰਤ ਆ ਉਹ ਖਾਲੀ ਆ। ਜਦੋਂ ਤੁਸੀਂ ਸੌਂ ਕੇ ਉੱਠਦੇ ਹੋ, ਅੱਖ ਵਾਹਿਗੁਰੂ ਗੱਜ ਕੇ ਬੋਲੋ ਨਾ, ਜਦੋਂ ਸੌਂ ਕੇ ਉੱਠਦੇ ਹੋ ਰਾਤ ਦੀਆਂ ਗੱਲਾਂ ਦਾ ਚੇਤਾ ਭੁੱਲਣਾ ਹੁੰਦਾ ਕਿ ਨਹੀਂ ਬਹੁਤੀਆਂ ਦਾ? ਇੱਕ ਵਾਰ ਬੋਲੋ, ਸੁਰਤ ਰੂਪੀ ਸਲੇਟ ਸਾਫ਼ ਹੋਈ ਹੁੰਦੀ, ਉਹ ਧਰਤੀ ਖਾਲੀ ਹੋਈ ਹੁੰਦੀ, ਉਹਦੇ ਵਿੱਚ ਜਦੋਂ ਵਾਹਿਗੁਰੂ ਦੇ ਬੀਜ ਪਾਈਏ ਛੇਤੀ ਉੱਗਦੇ, ਫਿਰ ਉਹ ਸਾਰਾ ਦਿਨ ਚੇਤੇ ਰਹਿੰਦੇ, ਜਿਹੜਾ ਅੰਮ੍ਰਿਤ ਵੇਲਾ ਹੈ। ਅਤੇ ਸਤਿਗੁਰੂ ਅੱਜ ਕਹਿੰਦੇ ਜੇ ਤੂੰ ਅੰਮ੍ਰਿਤ ਵੇਲੇ ਨਹੀਂ ਉੱਠਿਆ, ਬੜੇ ਸ਼ਬਦ ਜੇ ਕੋਈ ਤੁਹਾਨੂੰ ਕਵੇ ਅੰਮ੍ਰਿਤ ਵੇਲੇ ਦੀ ਕੋਈ ਜ਼ਰੂਰਤ ਨਹੀਂ, ਤੁਸੀਂ ਗੁਰੂ 'ਤੇ ਭਰੋਸਾ ਕਰਨਾ। ਪਹਿਲੀਆਂ ਪੌੜੀਆਂ 'ਚ ਕਿਹਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਫਿਰ ਕਿਹਾ ਚਲਾਂਗੇ ਉੱਠ ਨਾਮ ਜਪ। ਚਲਾਂਗ ਹੁੰਦਾ ਅੰਮ੍ਰਿਤ ਵੇਲਾ, ਚਲਾਂਗ ਦਾ ਮਤਲਬ ਕੀ ਹੈ? ਅੰਮ੍ਰਿਤ ਵੇਲਾ ਸਿੱਖ ਨੂੰ ਕਿਹਾ ਹੈ ਅਤੇ ਗੁਰੂ ਨੇ ਕਿਹਾ, ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੀ ਨੇ ਅਤੇ ਬਾਣੀ ਸੁਣਨ ਵਾਲਾ ਕੌਣ ਹੈ? ਸਿੱਖ। ਸਿੱਖ ਨੂੰ ਕਿਹਾ ਹੈ ਚਲਾਂਗੇ ਉੱਠ ਨਾਮ ਜਪ, ਅਤੇ ਕਿਹਨੂੰ ਕਿਹਾ ਹੋਊਗਾ ਫਿਰ? ਸਿੱਖ ਨੂੰ, ਜਿਸ ਨੂੰ ਕਿਰਪਾਲ ਹੋਵੇ ਮੇਰਾ ਸਵਾਮੀ, ਜਿਸ ਨੂੰ ਦਇਆਲ ਹੋਵੇ ਮੇਰਾ ਤਿਸ ਗੁਰਸਿੱਖ ਗੁਰੂ ਸੁਣਦਾ ਨਹੀਂ ਦੂਸਰਿਆਂ ਨੂੰ। ਇੱਥੇ ਮੇਰੇ ਵਰਗੇ ਕਈ ਬੈਠੇ ਹੋਣਗੇ ਜਿਹਨਾਂ ਨੂੰ ਨਹੀਂ ਸੁਣਨਾ, ਜਿਹਦੇ 'ਤੇ ਦਇਆ ਕਰਤੀ ਉਹਦੇ ਇਹ ਕੰਨੀ ਗੱਲਾਂ ਪੈ ਜਾਣੀਆਂ, ਜਿਹਦੇ ਦਇਆ ਹੋਈ ਪਤਾ ਲੱਗਾ ਜੀ, ਜਿਹਦੇ ਨਹੀਂ ਤਾਂ ਦੂਸਰਿਆਂ ਕੀ ਸੋਚਣਾ ਕਦੋਂ ਹਟੂਗਾ? ਮੈਨੂੰ ਨਹੀਂ ਪਤਾ ਲੱਗ ਰਿਹਾ ਕੀ ਕਹਿ ਰਿਹਾ,
ਮੈਂ ਕਹਿੰਦਾ ਤੁਸੀਂ ਜਿਹਨੂੰ ਜਿਹਨੂੰ ਪਤਾ ਲੱਗੇ ਤੁਹਾਡਾ ਧਰਮ ਬਣਦਾ ਦੂਸਰੇ ਨੂੰ ਸਮਝਾਓ। ਇਹ ਜਿੰਨੀ ਰਿਕਾਰਡਿੰਗ ਹੋ ਰਹੀ ਆ ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਿਰਪਾ ਕਰੇ ਕਿਸੇ ਤੱਕ ਜਾਵੇ। ਆਹ ਵਟਸਐਪ ਤੋਂ ਸੁਣ ਸੁਣ ਕੇ ਯੂਟਿਊਬ ਤੋਂ ਸੁਣ ਸੁਣ ਕੇ ਕਰੋੜਾਂ ਲੋਕ ਇਸ ਤਰ੍ਹਾਂ ਦੇ ਮਿਲਦੇ ਆ ਵੀ ਆਹ ਵੀਰ ਖੜਾ ਹੋ ਜਾ ਵੀ ਵਿਕਟੋਰੀਆ ਖੜੇ ਹੋ ਜਾ। ਹਾਂ ਤੁਸੀਂ 2 ਸਾਲ ਪਹਿਲਾਂ ਕੀ ਸੋ? ਹਾਂਜੀ ਕਲੀਨ ਛੇ। ਵੇਖੋ ਹੁਣ ਵੇਖੋ ਇਹਨਾਂ ਦਾ ਸਰੂਪ ਬੈਠੋ ਕਲੀਨ ਛੇ ਤੋਂ ਸੁਣ ਕੇ ਸੁਣਿਆ ਅੰਧੇ ਪਾਵੇ ਰਾਹ ਅੰਨੀ ਸੁਰਤ ਨੂੰ ਰਾਹ ਮਿਲ ਗਿਆ ਸੁਣਨ ਨਾਲ। ਤੇ ਜੇ ਤੁਹਾਨੂੰ ਪਤਾ ਲੱਗਾ ਹੈ ਕਿਸੇ ਨੂੰ ਤੁਹਾਡੇ ਚੋਂ ਚੰਗੀ ਤਰ੍ਹਾਂ ਪਤਾ ਲੱਗ ਗਿਆ ਦੂਜੀ ਕੋ ਅੰਮ੍ਰਿਤਸਰ ਤੋਂ ਆਇਆ ਤੂੰ ਮੇਰੀ ਭਾਸ਼ਾ ਪੂਰੀ ਸਮਝਦਾ, ਜੇ ਤੈਨੂੰ ਇਹਨਾਂ ਗੱਲਾਂ ਦਾ ਪਤਾ ਲੱਗ ਗਿਆ ਤੇ ਹੁਣ ਤੇਰਾ ਇਹ ਧਰਮ ਬਣਦਾ ਵੀ ਤੈਨੂੰ ਇੰਗਲਿਸ਼ ਵੀ ਬੋਲਣੀ ਆਉਂਦੀ। ਜਿਹਨਾਂ ਬੱਚਿਆਂ ਨੂੰ ਇੰਗਲਿਸ਼ ਵਾਲਿਆਂ ਨੂੰ ਨਹੀਂ ਪਤਾ ਲੱਗਾ ਇਹ ਤੂੰ ਗਾਂ ਵੰਡ, ਤੁਹਾਡੇ ਵਿੱਚੋਂ ਜਿਹਨਾਂ ਨੂੰ ਪਤਾ ਲੱਗ ਗਿਆ ਉਹ ਗਾਂ ਵੰਡੋ। ਬਚਨ ਗੁਰਬਾਣੀ ਦੇ ਨੇ, ਬਚਨ ਪਰਮਜੀਤ ਸਿੰਘ ਨੇ ਕਿਸੇ ਕਿਤਾਬ ਚੋਂ ਨਹੀਂ ਸੁਣੇ, ਮੈਂ ਕਿਸੇ ਦੀ ਕਿਤਾਬ ਨਹੀਂ ਪੜ੍ਹੀ, ਮੈਂ ਕਿਸੇ ਵਿਦਵਾਨ ਨੂੰ ਨਹੀਂ ਪੜ੍ਹਿਆ, ਮੇਰੇ ਗੁਰੂ ਦੇ ਜੋ ਸਾਈਨ ਨੇ ਜੋ ਇਸ਼ਾਰੇ ਆ ਉਹ ਤੁਹਾਨੂੰ ਸਮਝਾ ਰਿਹਾ। ਜੋ ਗੁਰੂ ਦੇ ਦਿੱਤੇ ਸਾਈਨ ਨੇ, ਜੋ ਗੁਰੂ ਕਹਿਣਾ ਚਾਹੁੰਦਾ ਸਿੱਖ ਨੂੰ ਵੀ ਚਲਾਂਗੇ ਉੱਠ ਨਿਸ ਬਾਸਰ ਰਾਤ ਨਿਸ ਬਣੇ। ਇੱਧਰ ਕੀ ਬੋਲਿਆ ਕੋਈ? ਰਾਤ ਅਰਥ ਆ ਨਿਸ ਬਣੇ ਰਾਤ, ਬਾਸਰ ਬਣੇ ਦਿਨ। ਆਂਦੇ ਰਾਤ ਦਿਨ ਅਰਾਧਨਾ ਕਰਦਾ ਰਹੇਗਾ ਆਖੋ ਵਾਹਿਗੁਰੂ। ਉੱਥੇ ਵੇਖਿਓ ਐੜੇ ਨੂੰ ਕੰਨਾ ਰਾਰਾ ਤੇ ਧੱਜੇ ਨੂੰ ਸਿਹਾਰੀ ਹੈ। ਅਰਾਧਦਾ ਰਹੇਗਾ ਜੇ ਅੰਮ੍ਰਿਤ ਵੇਲੇ ਉੱਠ ਕੇ ਜਪਿਆ ਤੇ ਜਿਹੜੇ ਪੈਸੇ ਕਮਾਏ ਨੇ ਅੰਮ੍ਰਿਤ ਵੇਲੇ ਦੇ ਉਹ ਤੇਰੀ ਜੇਬ 'ਚ ਸਾਰਾ ਦਿਨ ਖੜਕਦੇ ਰਹਿਣਗੇ। ਜਿਹੜਾ ਅੰਮ੍ਰਿਤ ਵੇਲੇ ਦਾ ਨਾਮ ਜਪਿਆ ਉਹ ਤੇਰੇ ਮੂੰਹ ਉੱਠਦਿਆਂ ਬਹਿੰਦਿਆਂ ਸੁਣਦਿਆਂ ਸੁੱਤੇ ਸਿੱਧ ਨਿਕਲਦਾ ਰਹੂਗਾ ਵਾਹਿਗੁਰੂ 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 ਨਿਕਲਦਾ ਰਹਿਣਾ। ਵੇਖਿਓ ਗੁਰਮੁਖ ਪਿਆਰੀਆਂ ਰੂਹਾਂ ਦੂਸਰੀ ਗੱਲ ਹੀ ਨਹੀਂ ਕਰਦੀਆਂ, ਉੱਠਦੀਆਂ ਬਹਿੰਦਿਆਂ ਜੋੜਾ ਪਾ ਕੇ ਉੱਠਦੀਆਂ ਤਾਂ ਵੀ ਵਾਹਿਗੁਰੂ ਮੂੰਹ ਚੋਂ ਨਿਕਲਿਆ, ਲੰਗਰ ਖਾਣ ਲੱਗੇ ਤਾਂ ਵੀ ਵਾਹਿਗੁਰੂ। ਉਹ ਅੰਮ੍ਰਿਤ ਵੇਲੇ ਦਾ ਬੀਜਿਆ ਤੇ ਆਪਾਂ ਨੂੰ ਬੇਅੰਤ ਪਹਿਲੇ ਪੈਰੇ ਫੁੱਲੜਾ ਫਲ ਵੀ ਪੱਛਾ ਰਾਤ ਜੋ ਜਾਗਣ ਲਹਿਨ ਸੇ ਸਾਈ ਕੰਨੋ ਦਾਤ। ਰਾਤ ਕਥੂਰੀ ਵੰਡੀਏ, ਰਾਤ ਕਥੂਰੀ ਕੀ ਹੁੰਦੀ? ਮਹਿਕ, ਕਸਤੂਰੀ ਦੀ ਮਹਿਕ, ਖੁਸ਼ਬੂ ਰਾਤ ਰੱਬ ਵੰਡਦਾ ਹੈ। ਜਿਹੜੇ ਲੋਕੀ ਰੋਜ਼ ਅੰਮ੍ਰਿਤ ਵੇਲੇ ਸਵੇਰੇ ਉੱਠਦੇ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਖੁਸ਼ਬੂ ਹੋਣ ਲੱਗ ਪੈਂਦੀ, ਇੱਦਾਂ ਦੀ ਨਹੀਂ ਜਿੱਦਾਂ ਦੀ ਪ੍ਰਫਿਊਮ ਹੁੰਦੀ ਹੁੰਦੀ, ਚੰਗਾ ਵੇਖਣ ਦੀ, ਚੰਗਾ ਸੁਣਨ ਦੀ, ਚੰਗਾ ਬੋਲਣ ਦੀ, ਚੰਗੇ ਕਿਰਦਾਰ ਦੀ ਕੀ ਆਉਣੀ ਸ਼ੁਰੂ ਹੋ ਜਾਂਦੀ, ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ। ਤੇ ਜੇ ਤੁਸੀਂ ਰੋਜ਼ ਅੰਮ੍ਰਿਤ ਵੇਲੇ ਉੱਠੋਗੇ ਕੋਈ ਤੁਹਾਨੂੰ ਆਣ ਕੇ ਕਵੇ ਆਖੋ ਵਾਹਿਗੁਰੂ। ਬੜੇ ਤੁਰੇ ਫਿਰਦੇ ਨੇ ਅੱਜ ਜਿਹੜੇ ਕਹਿੰਦੇ ਅੰਮ੍ਰਿਤ ਵੇਲਾ ਸਾਰਾ ਦਿਨ ਹੀ ਅੰਮ੍ਰਿਤ ਵੇਲਾ ਹੈ, ਸੋਇਆ ਕਰੋ ਆਰਾਮ ਨਾਲ। ਨਹੀਂ ਮੈਂ ਸੌਣ ਨਹੀਂ ਆਇਆ, ਤੁਸੀਂ ਜਵਾਬ ਦਿਓ ਅੱਗੋਂ ਮੈਂ ਸੌਣ ਨਹੀਂ ਆਇਆ। 84 ਲੱਖ ਜੂਨੀ ਦੀਆਂ ਜਿੰਨੀਆਂ 83 ਲੱਖ ਤੇ ਦੂਸਰੀਆਂ ਜੂਨਾਂ ਸੀ 99 ਲਾ ਕੇ ਅੱਗੇ ਤੁਸੀਂ ਪੜ੍ਹੇ ਲਿਖੇ ਜਾਣ ਸਕਦੇ ਹੋ, 1 ਜੂਨੀ ਮਨੁੱਖਾਂ ਦੇ ਆ ਜਿਹੜੀ ਸੌਣ ਨੂੰ ਨਹੀਂ ਮਿਲੀ। ਵੇਖਿਓ ਜਿੰਨੇ ਸ਼ਬਦਾਂ ਨੂੰ ਮਿਲੋ ਕਿਆ ਸੋਵੇਂ ਨਾਮ ਵਿਸਾਰ, ਜਾਗੋ ਜਾਗੋ ਸੁੱਤਿਓ, ਆਵਾਜ਼ਾਂ ਆਉਂਦੀਆਂ ਕਿ ਨਹੀਂ? ਹਰ ਜੂਨੀ 'ਚ ਤੇਰੀ ਚੇਤਨਤਾ ਸੁੱਤੀ ਸੀ, ਇੱਕੋ ਜੂਨੀ ਆ ਹੁਣ ਜਿਹੜੀ ਦੇ ਚੇਤਨਤਾ ਨੇ ਜਾਗਣਾ ਹੈ। ਵਾਰ ਵਾਰ ਗੁਰੂ ਦੀਆਂ ਆਵਾਜ਼ਾਂ ਨੇ ਜਾਗ ਲਿਓ ਰੇ ਮਨਾ, ਹੈਗੀ ਬਾਣੀ ਬੋਲੋ ਜਿਹਨਾਂ ਨੂੰ ਆਉਂਦੀ, ਜਾਗ ਲਿਓ ਰੇ ਮਨਾ ਜਾਗ ਲਿਓ ਕਹਾਂ ਗਾਫਲ ਸੋਇਆ। ਉਹ ਤੂੰ 84 ਲੱਖ ਜੂਨੀ 'ਚ ਸੁੱਤਾ ਹੀ ਰਿਹਾ ਹੈ, ਇੱਕੋ ਤਾਂ ਜੂਨੀ ਆ ਜਾਗਣ ਦੀ, ਉਟਕਲੋ ਜਾਗ ਪਾਓ। ਮਗਰ ਇਹਨਾਂ ਵੱਲ ਕਿਸੇ ਵੱਲ ਨਹੀਂ ਵੇਖਣਾ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਕਿਸੇ ਦਾ ਇਸ਼ਾਰਾ ਨਹੀਂ ਕਰਦਾ। ਜਿਹੜੇ ਲੋਕ ਇਹ ਕਹਿੰਦੇ ਨੇ ਵੀ ਬਾਣੀ ਪੜ੍ਹਨ ਦੀ ਕੋਈ ਜ਼ਰੂਰਤ ਨਹੀਂ ਅੰਮ੍ਰਿਤ ਵੇਲਾ ਸੰਭਾਲਣ ਦੀ, ਤੁਸੀਂ ਕਹਿਣਾ ਮੈਂ ਤੇਰੀ ਸੁਣਨੀ ਨਹੀਂ, ਮੈਂ ਤਾਂ ਸੁਣਨੀ ਆਪਣੇ ਗੁਰੂ ਦੀ। ਕਿਹਦੀ ਜੀ? ਤੇ ਗੁਰੂ ਮੇਰਾ ਆਵਾਜ਼ਾਂ ਬੱਚਿਆਂ ਵਾਂਗੂ ਮਾਰ ਰਿਹਾ, ਉੱਠੋ ਪੁੱਤ ਉੱਠੋ, ਜਿਸੇ ਜਗਾਵੇ ਪਿਆਵੇ ਇਹ ਰਸ। ਜਿਸ ਤਰ੍ਹਾਂ ਇੱਕ ਚੰਗੀ ਮਾਂ ਆਪਣੇ ਬੱਚੇ ਨੂੰ ਕਹਿੰਦੀ ਪੁੱਤ ਜੇ ਸੌਣਾ ਵੀ ਆ ਨਾ ਦੁੱਧ ਪੀ ਕੇ ਸੌਂ ਜੀ, ਤੇਰੇ ਬੋਨਸ ਜਿਹੜੇ ਨੇ ਤੇਰੀਆਂ ਹੱਡੀਆਂ ਜਿਹੜੀਆਂ ਨੇ ਇਹ ਕਮਜ਼ੋਰ ਨਾ ਹੋ ਜਾਣ, ਦੁੱਧ ਪੀ ਕੇ ਸੌਂ ਜੀ। ਇਸ ਤਰ੍ਹਾਂ ਗੁਰੂ ਕਹਿੰਦਾ ਸੋਹਲੇ ਦੀ ਬਾਣੀ ਪੜ੍ਹ ਕੇ ਸੌਂ ਜਾ ਯਾਰ, ਉਹ ਤਰ੍ਹਾਂ ਨਾ ਸੌਈ ਆਖੋ ਵਾਹਿਗੁਰੂ। ਅੰਮ੍ਰਿਤ ਵੇਲੇ ਉੱਠ ਕੇ ਜਿਸ ਤਰ੍ਹਾਂ ਤੁਸੀਂ ਕੋਈ ਨਾਸ਼ਤਾ ਕਰਦੇ ਹੋ, ਮੇਰਾ ਗੁਰੂ ਕਹਿੰਦਾ ਉੱਠ ਕੇ ਨਾਸ਼ਤਾ ਕਰ, 5 ਬਾਣੀਆਂ ਪੜ੍ਹ, 5 ਪਰੌਂਠੇ ਖਾਣ ਤੋਂ ਪਹਿਲਾਂ 5 ਬਾਣੀਆਂ ਪੜ੍ਹ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਨਾਮ ਜਪ। ਇਹ ਸਾਰੇ ਦਾ ਸਾਰਾ ਆਪਾਂ ਗੁਰੂ ਕੋਲੋਂ ਸੁਣਨਾ, ਗੁਰੂ ਕੋਲੋਂ ਮਾਰਗ ਪੁੱਛਣਾ, ਚਰਨ ਚਲੋ ਮਾਰ ਗੋਬਿੰਦ। ਕਿਸੇ ਜਥੇਬੰਦੀ ਦੇ ਕਹਿਣ ਤੇ ਕੋਈ ਬੰਦਾ ਵਿਦਵਾਨ ਤੋਂ ਵਿਦਵਾਨ ਆਣ ਕੇ ਆਖੇ ਆਪਣੇ ਕੰਨਾਂ 'ਚ ਗੱਲ ਪਾਉਣੀ ਹੈ ਤੇ ਕੇਵਲ ਗੁਰਮਤ ਦੀ, ਕਾਹਦੀ ਜੀ? ਫਿਰ ਬੋਲੋ
ਅੱਜ ਗੁਰਮਤ ਦੇ ਕਿਰਪਾਨਾਂ ਗਲ 'ਚ ਪਾਈਆਂ ਨੇ, ਖੁੱਲ੍ਹੇ ਦਾੜੇ ਛੱਡੇ ਨੇ, ਪੱਗਾਂ ਬੱਧੀਆਂ, ਮਗਰ ਮੱਤ ਕੀ ਦਿੰਦੇ ਫਿਰਦੇ ਨੇ? ਕੋਈ ਕਹਿੰਦਾ ਜਪਜੀ ਸਾਹਿਬ ਪੜ੍ਹਨ ਦੀ ਜ਼ਰੂਰਤ ਨਹੀਂ, ਕੋਈ ਕਹਿੰਦਾ ਜਾਪ ਸਾਹਿਬ ਪੜ੍ਹਨ ਦੀ ਜ਼ਰੂਰਤ ਨਹੀਂ, ਕੋਈ ਕਹਿੰਦਾ ਸਵਈਏ ਪੜ੍ਹਨ ਦੀ ਜ਼ਰੂਰਤ ਨਹੀਂ, ਕੋਈ ਕਹਿੰਦਾ ਚੁਪਈ ਸਾਹਿਬ ਦੀ ਬਾਣੀ ਪੜ੍ਹਨ ਦੀ ਜ਼ਰੂਰਤ ਨਹੀਂ, ਕੋਈ ਕਹਿੰਦਾ ਆਨੰਦ ਸਾਹਿਬ ਪੜ੍ਹਨ ਦੀ ਨਹੀਂ ਜੀ। ਰੱਬ ਚੰਗੇ ਹੋ ਜਾਣਾ ਹੀ, ਤੁਸੀਂ ਦੱਸੋ ਇੱਕ ਬਿਮਾਰ ਮਰੀਜ਼ ਜਿੰਨਾ ਚਿਰ ਦਵਾਈ ਨਹੀਂ ਖਾਊਗਾ ਰਾਜੀ ਕਿਸ ਤਰ੍ਹਾਂ ਹੋਊਗਾ? ਬੋਲੋ ਨਾ ਇੱਕ ਵਾਰ। ਇਹ ਕੀ ਕਹਿੰਦੇ ਨੇ, ਚੰਗੇ ਬਣ ਜਾਓ ਜੀ, ਮਗਰ ਤੁਸੀਂ ਗੁਰੂ ਦੇ ਪੋਤਰੇ ਹੋ, ਤੁਸੀਂ ਆਵਾਜ਼ ਸੁਣਿਓ, ਆਓ ਸਿੱਖ ਸਤਿਗੁਰੂ ਕੇ ਪਿਆਰਿਓ। ਤੁਸੀਂ ਕਿਸੇ ਵਿਦਵਾਨ ਦੀ ਨਹੀਂ ਸੁਣਨੀ, ਪਰਮਜੀਤ ਸਿੰਘ ਦੀ ਨਹੀਂ ਸੁਣਨੀ। ਜਿੱਦਾਂ ਪਰਮਜੀਤ ਸਿੰਘ ਦੀ ਜ਼ਬਾਨ ਵਿੱਚ ਸਥਲਾਓਗੇ ਨਾ ਵੀ ਬਾਣੀ ਪੜ੍ਹਨ ਦੀ, ਇਹ ਇਹ ਅਜੇ ਸੋ ਨਾਓ ਸਮੁੰਦਰ ਮੈਂ ਕਿਹਾ ਜਾਣੋ ਕਿਆ ਹੋਏ, ਕੱਲ੍ਹ ਨੂੰ ਮੇਰੇ ਅੱਗੇ ਵੀ ਢੇਰੀ ਪਈਆਂ ਦੀ ਸੁੱਟ ਸਕਦਾ ਹੈ, ਮੇਰੀ ਜ਼ਬਾਨ ਵੀ ਬਦਲ ਸਕਦਾ ਹੈ। ਤੁਸੀਂ ਮੇਰੀ ਨਾ ਸੁਣਨੀ, ਤੁਸੀਂ ਆਪਣੇ ਗੁਰੂ ਦੀ ਸੁਣਨੀ। ਗੁਰੂ ਆਵਾਜ਼ ਦਿੰਦਾ ਰਹੂਗਾ ਤੁਹਾਨੂੰ, ਬਾਣੀ ਪੜ੍ਹੋ, ਅੰਮ੍ਰਿਤ ਵੇਲੇ ਉੱਠੋ, ਬਾਣੀ ਨਾਲ ਜੁੜੋ, ਇਹ ਆਵਾਜ਼ ਸੁਣਨੀ ਜਿਹੜੀ ਗੁਰੂ ਦੀ ਆਵਾਜ਼ ਆ। ਅਤੇ ਦਸਮ ਪਿਤਾ ਦੀ ਬਾਣੀ 'ਤੇ ਪੂਰਨ ਭਰੋਸਾ ਰੱਖਣਾ ਹੈ। ਕੀ ਮੈਂ ਕਿਹਾ, ਬੜੇ ਵਟਸਐਪ 'ਤੇ ਅਤੇ ਫੇਸਬੁੱਕ 'ਤੇ ਅੱਜ ਕੱਲ੍ਹ ਆ ਰਿਹਾ ਨਾ, ਆਹ ਨਹੀਂ ਬਾਣੀ ਪੜ੍ਹਨੀ, ਨਾ ਗੁਰੂ ਕਿਉਂ ਸਿੱਖੋ, ਹਨੇਰੀਆਂ ਆਉਂਦੀਆਂ ਰਹੀਆਂ, ਹਨੇਰੀਆਂ ਸ਼ਾਂਤ ਹੁੰਦੀਆਂ ਰਹੀਆਂ। ਕਿਸੇ ਦੇ ਬਾਪੂ ਨੇ ਇੱਕ, ਮੈਂ ਮੋਟਾ ਜਿਹਾ ਬਚਨ ਕਰਕੇ ਸਮਾਪਤੀ ਕਰਦਾ, ਰਾਤ ਨੂੰ ਫਿਰ ਕਥਾ ਦੱਸਦੀ, ਆਖੋ ਹੇ ਗੁਰੂ। ਕਿਸੇ ਦੇ ਬਾਪੂ ਨੇ ਬੜੀ ਕੀਮਤੀ ਮੁੰਦਰੀ ਬਣਵਾਈ, ਤੈਨੂੰ ਪਤਾ ਲੱਗ ਰਿਹਾ ਪੁੱਤਾਂ ਬੜੀ ਦੂਰੋਂ ਆਈ ਮੇਰੇ ਨਾਲ ਧੀ, ਤੈਨੂੰ ਪਤਾ ਲੱਗ ਰਿਹਾ ਬੰਦਾ ਮੁੰਦਰੀ ਬਣਵਾਈ ਤੇ ਉਹਦੇ 'ਚ ਹੀਰੇ ਮੜਤੇ। ਕਾਹਦੇ ਜੀ, ਕੀ ਮੜਤੇ? ਅਤੇ ਕੀਮਤੀ ਸੀ ਮੁੰਦਰੀ। ਤੁਹਾਨੂੰ ਕਹਿ, ਜਦੋਂ ਜਾਣ ਲੱਗਾ, ਅੱਖਾਂ ਮੀਟਣ ਲੱਗਾ ਬਾਪ, ਤੇ ਕਹਿ ਗਿਆ ਇਹ ਮੁੰਦਰੀ ਨੂੰ ਸੰਭਾਲ ਕੇ ਰੱਖਿਓ, ਮੁੰਦਰੀ ਨੂੰ ਆਪਣੇ ਕੋਲ, ਫਿਰ ਤੁਹਾਨੂੰ ਕੋਈ ਖਤਰਾ ਨਹੀਂ, ਤੁਹਾਨੂੰ ਕਦੀ ਜ਼ਿੰਦਗੀ 'ਚ ਭੁੱਖ ਨਹੀਂ ਤੁਹਾਡੇ ਕੋਲ, ਕਿਉਂਕਿ ਐਸੀ ਮੁੰਦਰੀ ਜਿਹਦੇ ਹੀਰੇ ਮੜੇ, ਗੁਰ ਕਾ ਸ਼ਬਦ ਰਤਨ ਹੈ, ਇਹ ਮੈਂ ਤੁਹਾਨੂੰ ਦੇ ਕੇ ਚੱਲਿਆ। ਮਗਰ ਕੁਝ ਦਿਨਾਂ ਬਾਅਦ ਇਹਦੇ ਦੁਸ਼ਮਣ ਪੈਦਾ ਹੋਣੇ ਸ਼ੁਰੂ ਹੋ ਗਏ। ਉਹਨਾਂ ਨੇ ਆਖਿਆ, ਆਹ ਜਿਹੜੀ ਤੂੰ ਮੁੰਦਰੀ ਪਾਈ ਫਿਰਦਾ ਹੈ, ਇਹ ਤਾਂ ਪਿੱਤਲ ਦੀ ਹੈ, ਇਹ ਕਿਉਂ ਚੁੱਕੀ ਫਿਰਦਾ, ਇਹ ਤਾਂ ਲੋਹੇ ਦੀ ਹੈ, ਪਤਾ ਲੱਗ ਰਿਹਾ ਜੀ, ਇਹ ਤਾਂ ਮੁੰਦਰੀ ਲੋਹੇ ਦੀ। ਅਤੇ ਉਹਨੇ ਆਖਿਆ, ਨਹੀਂ ਯਾਰ, ਮੇਰਾ ਬਾਪ ਕਹਿ ਗਿਆ ਵੀ ਇਹ ਸੋਨੇ ਦੀ ਮੁੰਦਰੀ ਆ, ਸੋਨੇ ਦੇ ਬਣੇ ਕੀਮਤੀ। ਕੀ ਜੀ? ਕੀਮਤੀ ਦੇ ਵਿੱਚ ਇਹਦੇ ਹੀਰੇ ਡਾਇਮੰਡ ਲੱਗੇ ਨੇ, ਮੈਂ ਕਿਸ ਤਰ੍ਹਾਂ ਛੱਡਦਾ? ਉਹ ਚਾਰ ਠੱਗ ਸੀ, ਧਿਆਨ ਦਿਓ ਕਿੰਨੇ, ਅਤੇ ਇੱਕ ਨੇ ਕਿਹਾ ਵੀ ਇਹ ਤਾਂ ਲੋਹੇ ਦੀ ਹੈ, ਇਹਦੇ 'ਤੇ ਤਾਂ ਪਿੱਤਲ ਦਾ ਪਾਣੀ ਚਾੜਿਆ, ਸੋਨੇ ਦਾ, ਸੋਨੇ ਦੀ ਥੋੜ੍ਹੀ ਹੈ, ਵੇਖ ਇਹਨੂੰ ਚੰਗੀ ਤਰ੍ਹਾਂ ਬੋਲ ਕੇ। ਉਹ ਪੁੱਤ ਕੋਲ ਇੰਨਾ ਟਾਈਮ ਨਹੀਂ ਸੀ, ਇੱਕ ਠੱਗ ਅੱਗੇ ਮਿਲ ਗਿਆ, ਥੋੜ੍ਹਾ ਦੋਵੇਂ ਲੱਗੇ ਜਾ। ਉਹਨੇ ਕਿਹਾ, ਭਾਜੀ ਆ ਮੁੰਦਰੀ ਤਾਂ ਤੁਹਾਡੀ ਨਕਲੀ, ਇੱਕ ਤਾਂ ਚੁੱਕੀ ਫਿਰਦੇ ਹੋ, ਪਤਾ ਲੱਗਾ? ਦੂਸਰੇ ਠੱਗ ਦੇ ਕਹਿਣ 'ਤੇ ਫਿਰ ਉਹ ਦਿਲਤਾ ਚਰਿਆ, ਨਹੀਂ ਨਹੀਂ ਨਹੀਂ, ਇਹ ਮੁੰਦਰੀ ਤਾਂ ਮੇਰੇ ਬਾਪ ਨੇ ਦਿੱਤੀ, ਕਹਿੰਦੇ ਸਾਂਭ ਕੇ ਰੱਖਿਓ। ਤੀਸਰਾ ਠੱਗ ਮਿਲਿਆ, ਧਿਆਨ ਦਿਓ, ਪਤਾ ਲੱਗ ਰਿਹਾ, ਤੀਸਰਾ ਠੱਗ ਮਿਲਿਆ। ਤੀਸਰੇ ਠੱਗ ਨੇ ਕਿਹਾ, ਮੁੰਦਰੀ ਕਿਤੇ ਜਲ ਹੀ ਪਾਈ ਫਿਰਦਾ ਯਾਰ, ਤੂੰ ਸੋਨੇ ਦੀ ਸਮਝ ਕੇ ਇਹਨੂੰ ਚੁੱਕੀ ਫਿਰਦਾ, ਇਹ ਤੇ ਐਵੇਂ ਇਹਦੇ 'ਤੇ ਪਿੱਤਲ ਦਾ ਪਾਣੀ ਚਾੜਿਆ, ਇਹ ਤੇ ਸੋਨੇ ਦੀ ਥੋੜ੍ਹੀ ਹੈ। ਜਦੋਂ ਤੀਸਰੇ ਨੇ ਕਿਹਾ ਨਾ, ਧਿਆਨ ਦਿਓ, ਇੰਨੇ ਠੱਗਾਂ ਨੇ ਕਹਿਤਾ, ਇੰਨੇ ਠੱਗਾਂ ਨੇ ਕਹਿਤਾ, ਤੇ ਉਹਨੇ ਬਾਪ ਦੀ ਦਿੱਤੀ ਚੀਜ਼ ਵੱਲ ਚੰਗੀ ਤਰ੍ਹਾਂ ਵੇਖਿਆ, ਪਤਾ ਲੱਗ ਰਿਹਾ ਜੀ, ਬਾਪ ਦੀ ਦਿੱਤੀ ਚੀਜ਼ ਵੱਲ ਚੰਗੀ ਤਰ੍ਹਾਂ ਵੇਖਿਆ, ਕਿਤੇ ਸੱਚਮੁੱਚੀ ਮੈਂ ਹੀ ਨਾ ਸੱਚ ਸਮਝ ਕੇ ਬੈਠਾ ਹਾਂ, ਤੁਸੀਂ ਕਨਫਿਊਜ਼ ਹੋ ਗਏ ਹੋ, ਤੁਹਾਨੂੰ ਬਾਪ 'ਤੇ ਭਰੋਸਾ ਨਹੀਂ। ਜਿਸ ਪੜਾਅ 'ਤੇ ਜਾ ਕੇ ਮੈਨੂੰ ਹੋਰ ਵੀ ਇੱਕ ਦਿਨ ਹੈਗਾ ਇੱਥੇ, ਕੋਈ ਪੀੜਾ ਮੈਂ ਫਿਰ ਹੈਗਾ ਇੱਥੇ, ਹੈਂ ਵੀਰਵਾਰ, ਵੀਰਵਾਰ ਦਾਸ ਨੇ ਫਿਰ ਆਪ ਜੀ ਦੇ ਦਰਸ਼ਨ ਕਰਨੇ। ਉਦੋਂ ਤੁਸੀਂ ਚੇਤਾ ਰੱਖਿਓ, ਤੁਸੀਂ ਕੁਐਸਚਨ ਹੀ ਜਾਪ ਸਾਹਿਬ 'ਤੇ ਕਰਿਓ, ਕਹਤੇ ਜੀ ਵੀ ਜਾਪ ਸਾਹਿਬ ਕਿਸ ਪੜਾਅ 'ਤੇ ਜਾ ਕੇ ਗੁਰੂ ਗੋਬਿੰਦ ਸਿੰਘ ਨੇ ਉਚਾਰਿਆ, ਜਾਪ ਸਾਹਿਬ 'ਚ ਕੀ ਭਰਿਆ ਗੁਰੂ ਸਾਹਿਬ ਨੇ, ਕੀ ਉਹਦੀ ਅਤੇ ਇਸ ਬਾਣੀ ਦੀ ਵੱਖਰੇਵਾਂ ਹੈ, ਜਿਹੜਾ ਉਹਦੇ ਵਿੱਚ ਬਾਬੇ ਨਾਨਕ ਦਾ ਨਾਮ ਨਹੀਂ ਲਿਖਿਆ, ਜਿਹੜਾ ਸਾਨੂੰ ਭੁਲੇਖਾ ਪਾਉਂਦੇ ਵੀ ਉਹਦੇ ਵਿੱਚ ਵੇਖੋ ਗੁਰੂ ਨਾਨਕ ਦਾ ਨਾਮ ਨਹੀਂ ਹੈਗਾ। ਇਹ ਸਾਰਾ ਜੇ ਤੁਸੀਂ, ਗੁਰੂ ਰਾਮਦਾਸ ਨੇ ਮੇਰੇ 'ਤੇ ਦਇਆ ਕੀਤੀ ਅਤੇ ਮੈਂ ਆਪ ਜੀ ਦੇ ਨਾਲ ਜਿੰਨਾ ਮੇਰੇ ਸਤਿਗੁਰੂ ਨੇ ਮੇਰੇ ਕੋਲ ਪਾਇਆ, ਮਗਰ ਮੈਂ ਅੱਜ ਇੰਨਾ ਕਹਿੰਦਾ ਵੀ ਤੀਸਰੇ ਠੱਗ ਨੇ ਜਦੋਂ ਕਿਹਾ ਤਾਂ ਉਹਨੇ ਆਪਣੀ ਮੁੰਦਰੀ ਵੱਲ ਵੇਖਿਆ, ਕਨਫਿਊਜ਼ਨ 'ਚ ਆ ਗਿਆ। ਤੁਹਾਨੂੰ ਰੋਜ਼ ਕਹਿ ਕਹਿ ਕੇ ਵਟਸਐਪ 'ਤੇ, ਫੇਸਬੁੱਕ 'ਤੇ, ਅਤੇ ਤੁਸੀਂ ਹੁਣ ਜਾਪ ਸਾਹਿਬ ਪ੍ਰਤੀ ਕੀ ਹੋ ਰਹੇ ਹੋ, ਨਾ ਹੋਇਓ ਮਰਦ ਦੇ ਪੁੱਤ ਜੇ, ਮਰਦ ਗੁਰੂ ਦੀ ਤੇਗ ਵਾਲੇ ਦੇ ਪੁੱਤ ਜੇ, ਤੀਰਾਂ ਵਾਲੇ ਦੇ ਪੁੱਤ ਜੇ, ਬਾਜਾਂ ਵਾਲੇ ਦੇ ਪੁੱਤ ਜੇ, ਸਿਰ ਲੱਥ ਜਾਵੇ ਮਗਰ ਜਾਪ ਸਾਹਿਬ 'ਤੇ ਦਸਮ ਦੀ ਬਾਣੀ 'ਤੇ ਤੁਸੀਂ ਨਾ ਕਿੰਤੂ ਕਰਨਾ। ਮੈਂ ਥੋਪ ਨਹੀਂ ਰਿਹਾ ਤੁਹਾਡੇ 'ਤੇ, ਜਿੱਦਣ ਕੋਈ ਕਹਿਣ ਵਾਲਾ ਆ ਗਿਆ ਆਖੋ ਵਾਹਿਗੁਰੂ, ਤੁਸੀਂ ਕਿਸੇ ਦੇ ਕਹਿਣ 'ਤੇ ਨਾ ਸੁੱਟ ਦੇਣਾ, ਕਿਸੇ ਦੇ ਕਹਿਣ 'ਤੇ ਮੁੰਦਰੀ ਲਾ ਕੇ ਨਾ ਸੁੱਟ ਦੇਣੀ। ਫਿਰ ਚੌਥੇ ਠੱਗ ਨੇ ਕਿਹਾ, ਤਾਂ ਸੱਚਮੁੱਚ ਉਹਨੇ ਮੁੰਦਰੀ ਲਾ ਤੀ ਅਤੇ ਠੱਗਾਂ ਨੇ ਚੁੱਕ ਲਈ। ਇਹਨਾਂ ਸੰਪਰਦਾਵਾਂ ਨੂੰ ਪੈਸੇ ਮਿਲੇ ਨੇ ਇਸ ਗੱਲ ਦੇ ਵੀ ਇਹਨਾਂ ਸਿੱਖਾਂ ਨੂੰ ਜਾਪ ਸਾਹਿਬ ਦੀ ਦਸਮ ਦੀ ਬਾਣੀ ਤੋਂ ਤੋੜੋਗੇ ਅਤੇ ਇਹ ਮਰਨਗੇ, ਉਸ ਤਰ੍ਹਾਂ ਇਹ ਮਰ ਨਹੀਂ ਸਕਦੇ।
ਇਹਨਾਂ ਨੂੰ ਮਾਰਨ ਨੂੰ ਜ਼ਰੂਰੀ ਆ। ਇਹਨਾਂ ਵਿੱਚੋਂ ਦਸਮ ਪਾਤਸ਼ਾਹ ਦੀ ਬਾਣੀ ਦੀ ਪਰਮ ਭੁਲੇਖੇ ਪਾ ਕੇ ਇਹਨਾਂ ਦੀ ਰੂਹ ਵਿੱਚ ਕੀੜੇ ਪਾਏ ਜਾਣ। ਇਹ ਜੇ ਪੜ੍ਹਨ ਵੀ ਜਾਪ ਸਾਹਿਬ, ਚਲੋ ਮੰਨ ਲਓ ਹੁਣ ਤੁਸੀਂ ਪੜ੍ਹੀ ਵੀ ਜਾਂਦੇ ਹੋ, ਮਗਰ ਤੁਸੀਂ ਅੰਦਰੋਂ ਕੀ ਹੋ, ਕਨਫਿਊਜ਼ ਹੋ, ਫਲ ਕਿਸ ਤਰ੍ਹਾਂ ਲੱਗ ਜੂ। ਜੇ ਇੱਕ ਹੋਏ ਤਾਂ ਉਗਵੇ, ਇੱਕ ਹੋ ਕੇ ਇੱਕ ਮਨ ਇੱਕ ਚਿੱਤ ਹੋ ਕੇ ਵੀ ਇਹ ਮੇਰੇ ਪਿਤਾ ਜੀ ਦੀ ਬਾਣੀ ਹੈ, ਨਮਸਤੰ ਕਾਲੇ, ਨਮਸਤੰ ਕਿਰਪਾਲੇ, ਨਮਸਤੰ ਰੂਪੇ, ਨਮਸਤੰ ਰੂਪੇ, ਨਮਸਤੰ ਭੇਖੇ, ਨਮਸਤੰ ਲੇਖੇ, ਨਮਸਤੰ ਕਾਏ, ਨਮਸਤੰ ਜਾਏ, ਇਹ ਜਿਹੜਾ ਅਗੰਮੀ ਰਸ ਆ ਇਹ ਮੇਰੇ ਪਿਤਾ ਜੀ ਤੋਂ ਬਿਨਾਂ ਕਿਸੇ ਦੀ ਰਸਨਾ ਤੇ ਆ ਹੀ ਨਹੀਂ ਸਕਦਾ। ਜਿੱਦਣ ਇਹ ਸਮਝ ਲਓਗੇ ਫਿਰ ਮੇਰਾ ਸਤਿਗੁਰੂ ਕਲਗੀਧਰ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ੂਗਾ। ਭਰੋਸਾ ਰੱਖਿਓ, ਬਾਣੀ ਗੁਰੂ ਗ੍ਰੰਥ ਸਾਹਿਬ ਦੀ ਹੋਵੇ, ਭਗਤ ਬਾਣੀ ਹੋਵੇ, ਦਸਮ ਪਿਤਾ ਦੀ ਬਾਣੀ ਹੋਵੇ, ਕਿਸੇ ਬਾਣੀ ਤੇ ਕਿੰਤੂ ਪਰੰਤੂ ਨਹੀਂ ਕਰਨਾ ਜ਼ਿੰਦਗੀ 'ਚ, ਜੇ ਜੀਣਾ ਜੇ ਤੇ ਬਚਣਾ ਜੇ ਤੇ। ਇਸ ਕਰਕੇ ਚੜ੍ਹਦੀ ਕਲਾ 'ਚ ਰਹੋ, ਅੰਮ੍ਰਿਤ ਵੇਲਾ ਰੋਜ਼ ਸੰਭਾਲੋ। ਅੰਮ੍ਰਿਤ ਵੇਲੇ ਦੇ ਅੱਖਰੀ ਅਰਥ ਆਰੰਭ 'ਤੇ ਮੈਂ ਦੱਸਿਆ ਸੀ, ਮ੍ਰਿਤ ਜਾਂ ਐਰਾਗੇ ਲਾਤਾ ਕੀ ਬਣ ਗਿਆ, ਅੰਮ੍ਰਿਤ ਬਣੇ ਨਾ ਮਰਨ ਵਾਲਾ ਸਮਾਂ। ਜੇ ਉਹ ਸੰਭਾਲ ਲਾਂਗੇ ਤੇ ਇਹ ਦਵਾਈ ਅੰਮ੍ਰਿਤ ਵੇਲੇ ਉੱਠ ਕੇ ਜਪਣ ਦੀ ਇਹੋ ਜਿਹੀ ਦੇ ਦੂਗੀ ਵੀ ਤੁਹਾਨੂੰ ਜਦੋਂ ਆਖਾਂ ਜੀਵਾਂ ਤੇ ਜਦੋਂ ਅੰਮ੍ਰਿਤ ਵੇਲਾ ਸੰਭਾਲਿਆ ਹੋਊਗਾ ਤੁਹਾਨੂੰ ਵਿਸਰਨਾ ਹੀ ਨਹੀਂ, ਸਾਰਾ ਦਿਨ ਤੁਸੀਂ ਮਰਨਾ ਨਹੀਂ, ਤੁਹਾਨੂੰ ਸਾਰਾ ਦਿਨ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਜਾਗ ਰਹਿਣਾ, ਫਿਰ ਤੁਸੀਂ ਮਰਨਾ ਹੀ ਨਹੀਂ। ਜਦੋਂ ਅੰਮ੍ਰਿਤ ਵੇਲੇ ਦਾ ਬੀਜਿਆ ਹੋਊਗਾ ਤਾਂ ਸਾਰਾ ਦਿਨ ਯਾਦ ਆਉਣਾ ਹੈ ਨਾ, ਤੇ ਫਿਰ ਤੁਸੀਂ ਮਰ ਕਿਸ ਤਰ੍ਹਾਂ ਜਾਓਗੇ? ਮਰੋਗੇ ਤੇ ਉਦੋਂ ਜਦੋਂ ਵਿਸਰੇ ਨਹੀਂ ਬਦਲ, ਵਿਸਰੇ ਮਰ ਜਾਓ, ਬੋਲੋ ਵਿਸਰੂ, ਵਿਸਰੂ ਲੈਣੇ, ਭੁੱਲੂ, ਭੁੱਲੂਗਾ ਤੇ ਮਰੋਗੇ ਨਾ, ਤੇ ਜਦੋਂ ਅੰਮ੍ਰਿਤ ਵੇਲਾ ਸੰਭਾਲਿਆ ਹੋਊਗਾ ਸਾਰਾ ਦਿਨ ਤੁਹਾਨੂੰ ਰੱਬ ਭੁੱਲਣਾ ਨਹੀਂ ਤੇ ਤੁਸੀਂ ਕਦੀ ਮਰਨਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਵਾਹਿਗੁਰੂ ਜੀ ਕਾ